ਬਹੁਤ ਜ਼ਿਆਦੀ ਇਕੱਠ ਬਹੁਤ ਘੱਟ। ਸੰਗਰੂਰ ਦਾ ਇੱਕ ਉਹ ਕਸਬਾ ਜਿੱਥੇ ਘੁਮਾਣ ਗੱਭਰੂ ਨੇ ਜਨਮ ਲਿਆ, ਅੱਜ ਦੇਖ ਲਓ ਵੀ ਦੂਜੇ ਸੈਮੀਫਾਈਨਲ ਦੀ ਪਹਿਲੀ ਰੇਡ ਜਫਾ ਲੱਗੂ ਕਿ ਰੇਡ ਪਹਿਲੀ ਤੇ ਪੁਆਇੰਟ ਜਿਹੜਾ ਹੈ ਇਹ ਕੈਨੇਡਾ ਵੈਦੇ ਸਿੰਘ ਉਹ ਨਹੀਂ ਰਿਸਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ। ਬਹੁਤ ਹੀ ਸਤਿਕਾਰਯੋਗ ਸਰਦਾਰ ਮੁਖਤਿਆਰ ਸਿੰਘ ਜੀ ਬੂਪਾ ਰਾਏ, ਉਹਨਾਂ ਦਾ ਵੀ ਸੰਦੀਪ ਗੁਰਦਾਸ ਭਾਈ ਉਹਨਾਂ ਦੇ ਸਰਦਾਰ ਮੁਖਤਿਆਰ ਸਿੰਘ ਜੀ ਬੂਪਾ ਰਾਏ ਦਾ ਬਹੁਤ ਬਹੁਤ ਧੰਨਵਾਦ। ਹਾਂਜੀ, ਅਗਲੀ ਕਬੱਡੀ ਸ਼ੰਕਰ ਪਾਉਣ ਦੇ ਲਈ ਵਾਧਾ ਹੋਇਆ ਮੇਰੇ ਵੀਰੋ ਕਿ ਗੋਲ ਦਿਆਂ ਦਾਇਰਾ ਵਿੱਚ ਹੰਦੇ ਦਿਸਦੇ ਚੜ ਜਾਂਦਾ ਚਾਰਜਰ ਖਿਡਾਰੀ ਵਿੱਚ ਦਿਸਦੇ ਜਾਈਏ ਬਲਿਹਾਰੇ ਜਿਹਨੇ ਕਾਰਡ ਦੀ ਕੱਢੀ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ। ਲਾਗਲੀ ਕਬੱਡੀ ਪਾਉਣ ਦੇ ਲਈ ਇਹ ਨੌਜਵਾਨ ਵਾਧਾ ਹੋਇਆ ਇਸ ਸਮੇਂ ਟੀਮ ਕੈਨੇਡਾ ਬੈਸਟ ਦੇ ਵੱਲੋਂ। ਲੋਗਲੀ ਕਬੱਡੀ ਪੈ ਗਈ ਹੈ ਕੈਨੇਡਾ ਬੈਸਟ ਵੱਲੋਂ। ਹੁਣ ਵੇਖਦਾ ਵੀ ਸਾਹਮਣੇ ਮੈਂ ਆਖਿਆ ਸਤੂਆ ਸਵਾਦ ਲਿਆ ਤਾ ਜੱਫੇ ਲਾ ਲਾ ਕੇ, ਅੱਜ ਵੇਖਦੇ ਵੀ ਜਿੱਤ ਦੇ ਨਿਸ਼ਾਨ ਕਿਹੜੀ ਟੀਮ ਜਿਹੜੀ ਹੈ ਔਰ ਮੈਦਾਨ ਦੇ ਵਿੱਚ ਅਗੜਦੀ ਹੈ। ਉੱਧਰ ਸਰਬਜੀਤ ਸਿੰਘ, ਇੱਧਰ ਪੱਪੂ ਭਦੌੜ, ਲਓ ਸਾਡੇ ਅਫੀਸ਼ੀਅਲ ਜਿਹੜੇ ਹੈ ਸਾਰਿਆਂ ਦਾ ਧੰਨਵਾਦ ਹੈ। ਉੱਧਰ ਬਿੱਲਾ ਜੀ, ਰੰਧਾਵਾ ਜੀ, ਲਓ ਮੈਦਾਨ ਦੇ ਵਿੱਚ ਉੱਧਰਲੇ ਪਾਸੇ ਅਗਲੀ ਕਬੱਡੀ ਇਸ ਗੱਭਰੂ ਦੀ ਪਈ ਹੋਈ। ਅੱਜ ਠਾਠਾ ਮਾਰਦਾ ਇਕੱਠ ਔਰ ਨਿੱਕਾ ਨਦੌਰ ਮਾਝੇ ਦੀ ਧਰਤੀ ਦਾ ਨੌਜਵਾਨ ਐਸੇ ਲੈ ਮੈਦਾਨ ਦੇ ਸਾਜੀ ਸਾਜੀ, ਲਓ ਸਾਜੀ ਇਧਰਲੇ ਪਾਸੇ ਸ਼ਹਿਜ਼ਾਦਾ ਕਬੱਡੀ ਦਾ ਮੈਦਾਨ ਦੇ ਵਿੱਚ ਬਹੁਤ ਸੋਹਣਾ ਪਾਉਣ ਲੱਗੇ ਆਪਣੀ ਟੀਮ ਦੇ ਇਸੇ ਕਣਕ ਦਾ ਵਾਧਾ ਕਰਦਾ ਹੋਇਆ। ਔਰ ਅਗਲੀ ਕਬੱਡੀ ਸਰਦਾਰ ਬਲਜਿੰਦਰ ਸਿੰਘ ਜੀ ਦਲੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਲਜਿੰਦਰ ਦਲੇ ਯੰਗ ਦੀ ਕਬੱਡੀ ਕਲੱਬ ਦੇ ਮੇਨ ਸਪਾਂਸਰਾਂ ਦੇ ਵਿੱਚੋਂ ਬਹੁਤ ਵੱਡਾ ਨਾਮ ਹੈ, ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ। ਹਾਂਜੀ ਕਾਲਾ ਰਸ਼ੀਨ ਜੀ, ਉਹ ਆਉਂਦਾ ਸ਼ੂਕਦਾ ਨੌਜਵਾਨ ਬਹੁਤ ਸੋਹਣਾ ਪਾਰਟ ਲੈ ਕੇ ਵਾਪਸ ਦੂਜਾ ਸੈਮੀ ਫਾਈਨਲ ਮੈਂ ਔਰ ਪਹਿਲਾਂ ਵੀ ਸੈਮੀ ਫਾਈਨਲ ਬਹੁਤ ਦਿਲਚਸਪ ਹੋਇਆ। ਆਹ ਵੀ ਨੌਜਵਾਨ ਕਹਿੰਦੇ ਉੱਥੋਂ ਦੇ ਹੀ ਆ ਜਿੱਥੇ ਦਾ ਘੁਮਾਣ ਹੈ ਔਰ ਜਿੱਥੋਂ ਦਾ ਜਿਹੜਾ ਇਹ ਮਨ ਸਿੰਘ ਦਿੜਵੇ ਵਾਲਾ ਬੋਲਿਆ ਮਨ ਦਾ ਕੀ ਸਮਝਾਉਣਾ, ਇੱਧਰੋਂ ਪੁੱਟਣਾ ਅਤੇ ਇੱਧਰ ਲਾਉਣਾ, ਇੱਧਰੋਂ ਗਿਆ ਅਤੇ ਪੁਆਇੰਟ ਪੁੱਟ ਕੇ ਲੈ ਆਉਣਾ, ਕੋਈ ਸੌਖੀ ਗੱਲ ਨਹੀਂ ਕਿ ਖੇਡ ਨਹੀਂ ਕਬੱਡੀਏ ਖੇਡਾਂ ਵਿੱਚੋਂ ਵੱਡੀਏ, ਕਿਹਨੇ ਤੈਨੂੰ ਚੁਣਿਆ ਵਾਸਤੇ ਜਵਾਨੀ ਦੇ, ਕਿਹਨੇ ਤੇਰਾ ਰੱਖਿਆ ਨਾਂ ਲੱਖ ਵਾਰ ਕਰਾਂ ਦੀ ਮੈਂ ਝੋਕੇ ਸਲਾਮਾਂ ਨੂੰ ਜਿਹੜੀ ਤੈਨੂੰ ਜੰਮਿਆ ਮਾਂ। ਲਓ ਉਧਰਲੇ ਪਾਸੇ ਫਿਰ ਬੱਬਰ ਸ਼ੇਰ ਦੀ ਪਈ ਹੋਈ ਰੇਡ ਹੈ ਔਰ ਲੱਡਾ ਜਰਮਨਜੀਤ ਸਿੰਘ ਪਰ ਉਧਰਲੇ ਪਾਸੇ ਡੀ ਟੀ ਓ ਦੇ ਤੌਰ 'ਤੇ ਸਰਦਾਰ ਕਪੂਰ ਸਿੰਘ ਦਾ ਪੋਤਰਾ ਸਰਦਾਰ ਕੁਲਵੰਤ ਸਿੰਘ ਦਾ ਲਾਡਲਾ ਜਿਹੜਾ ਨੌਜਵਾਨ ਹੈ ਔਰ ਸੁਖਮਨ ਦਾ ਵੀਰ, ਲੈ ਵੀ ਕਾਲੇ ਦੇਖ ਸਾਹਮਣੇ ਕੌਣ ਕਬੱਡੀ ਪਾ ਰਿਹਾ। ਅਗਲੀ ਕਬੱਡੀ ਗੱਜਣ ਡੇਰੇ ਬਾਬੇ ਨਾਨਕ ਵਾਲਾ ਪਾਉਣ ਦੇ ਲਈ ਵਾਧਾ ਹੋਇਆ। ਚਾਰ ਜਾਫੀ ਹੈ ਕਿ ਤਿੱਖੇ ਨੇ ਤੀਰਾਂ ਵਰਗੇ, ਤੇਜ਼ ਸ਼ਮਸ਼ੀਰਾਂ ਵਰਗੇ, ਬਿਣਕ ਮੈਦਾਨੀ ਆ ਗਏ, ਗੱਭਰੂ ਤਸਵੀਰਾਂ ਵਰਗੇ ਲਾ ਪਈ ਹੋਈ ਕਬੱਡੀ ਤੇ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਗੱਜਣ 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 ਤੇ ਲੱਗਦਾ ਹੋਇਆ ਯਾਦ। ਹਾਂ ਉਹ ਸੁਣਿਆ ਯਾਦ ਕੋਟਲੀ ਵਾਲਾ ਲਵਲੀ ਕਬੱਡੀ ਬਾਲੂ ਪਾਉਣ ਦੇ ਲਈ ਵਾਧਾ ਹੋਇਆ। ਉਧਰ ਬਾਲੂ ਨੇ ਜਫਾ ਲਾ ਦਿੱਤਾ ਹੈ, ਬਸੀਮ ਬਾਲੂ ਨੇ ਸਿਰੇ ਦੀ ਖੇਡ ਹੈ ਔਰ ਬਾਲੂ ਰੇਡ ਉਧਰਲੇ ਪਾਸੇ ਰੇਡ ਪਾਉਂਦਾ ਹੋਇਆ ਨੌਜਵਾਨ, ਜਿਵੇਂ ਅੱਜ ਬੱਟੂ ਦੇਖ ਲਓ, ਕਾਸਦ ਵਰਗੇ, ਮੋਹਸਨ ਬਲਾਲ ਢਿੱਲੋਂ ਵਰਗੇ ਨੌਜਵਾਨ, ਉਧਰ ਬੱਟ ਵਰਗੇ, ਜੰਜੂਏ ਵਰਗੇ, ਮੁਸ਼ਰਫ ਵਰਗੇ, ਤਾਹਿਰ ਵਰਗੇ ਸਿਰੇ ਦੇ ਖਿਡਾਰੀ, ਲਓ ਉਧਰਲੇ ਪਾਸੇ ਅਗਲੀ ਰੇਡ ਪਈ ਹੋਈ ਹੈ। ਉਹ ਜਾਂਦਾ ਛੁਕਦਾ ਨੌਜਵਾਨ ਬਹੁਤ ਸੋਹਣਾ। ਉੱਧਰ ਕਹਿੰਦੇ ਹੁੰਦੇ ਆ ਵੀ ਇਹ ਕਹਾਂ ਵੀ ਏਅਰ ਇੰਡੀਆ ਉੜਨ ਲੱਗਾ ਹੁਣ ਟਰਾਂਟੋ ਦੇ ਵਾਈ ਵਾਈ ਜੈਡ ਤੋਂ ਡੀ ਐਲ ਤੱਕ ਔਰ ਸੰਧਵਾਂ ਵਾਲਿਆ, ਹੁਣ ਇਹ ਸ਼ੰਕਰ ਏਅਰਲਾਈਨ ਅਪਗ੍ਰੇਡ ਹੋ ਗਈ ਆ ਏਅਰ ਇੰਡੀਆ। ਇਸ ਵੇਲੇ ਮੈਦਾਨ ਦੇ ਵਿੱਚ
ਪਾਸੇ ਦੇਖੋ ਸਾਹਮਣੇ ਸ਼ੰਕਰ ਸੰਧਵਾਂ ਵਾਲਾ ਆਉਂਦਾ ਸ਼ੋ ਸ਼ੰਕਰ ਸ਼ੰਕਰ ਨਵਾਬ ਵੀ ਬਣਦੇ ਨਾਲ ਹੀ ਨਵਾਬ ਵੀ ਬਣਦੇ ਮਾੜਾ ਜਿਹਾ ਹਾਂ ਆਹ ਗੱਲ ਆ ਸਵਾਦ ਆ ਗਿਆ ਸਿਰਾ ਲੱਗ ਗਿਆ ਜਿਉਂਦਾ ਵਾਦਾ ਰਹਿ ਲੈ ਵੀ ਕਾਲੇ ਕਰੀ ਗੱਲ ਵਿਗਾਉਣ ਲੋਕਲੀ ਕਬੱਡੀ ਬਾਲੂ ਜੱਟ ਪਾਉਣ ਦੇ ਲਈ ਵਾਧਾ ਹੋਇਆ ਪਈ ਹੋਈ ਕਬੱਡੀ ਤੇ ਹੁਣ ਕੌਣ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਸਤੂ ਹੈ ਖੰਡੂਰ ਸਾਹਿਬ ਦੀ ਧਰਤੀ ਦਾ ਪਈ ਹੋਈ ਕਬੱਡੀ ਤੇ ਸਰਦਾਰ ਕਪੂਰ ਸਿੰਘ ਦਾ ਪੋਤਰਾ ਚੋਲੇ ਸਾਹਿਬ ਦੀ ਧਰਤੀ ਦੇ ਸੁਖਮਨ ਦਾ ਵੀਰ ਅਰਸ਼ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਲਾਓ ਲਾਉਂਦਾ ਹੈ ਜੱਫਾ ਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਵਾਹ ਉਹ ਸੋਹਣੇ ਅਗਲੀ ਕਬੱਡੀ ਸ਼ਾਜੀ ਪਾਉਣ ਦੇ ਲਈ ਵਾਧਾ ਹੋਇਆ ਔਰ ਲੰਬੜਦਾਰ ਫਕੈ ਫਕੀਰ ਹੁਸੈਨ ਦਾ ਜਿਹੜਾ ਨੌਜਵਾਨ ਲਾਡਲਾ ਜਿਹੜਾ ਕਬੱਡੀ ਪਾ ਰਿਹਾ ਮੈਦਾਨ ਦੇ ਵਿੱਚ ਕੋਈ ਸਾਜੀ ਕਹਿੰਦਾ ਕੋਈ ਸ਼ਹਿਜਾਦ ਕਹਿੰਦਾ ਮੈਂ ਤੇ ਆਖਿਆ ਵੀ ਇਹ ਤੇ ਕਬੱਡੀ ਦਾ ਸ਼ਹਿਜਾਦਾ ਜਦੋਂ ਛਾਲ ਮਾਰਦਾ ਤੇ ਕਹਿੰਦੇ ਜਾਨ ਕੱਢਣ ਵਾਲੀ ਗੱਲ ਕਰਦਾ ਨੌਜਵਾਨ ਲਓ ਅਗਲੀ ਕਬੱਡੀ ਪਾਉਣ ਲਈ ਫਿਰ ਨੌਜਵਾਨ ਉਹੀ ਉਹ ਹੈ ਕਿ ਮੇਰੀ ਖੁੱਲ ਗਈ ਪਟੱਕ ਦੇ ਕੇ ਅੱਖ ਨੀ ਗਲੀ ਦੇ ਵਿੱਚੋਂ ਕੌਣ ਲੰਘਿਆ ਅੱਗੇ ਲੰਘਦਾ ਜਹਾਨ ਤੋਂ ਲੱਖ ਨੀ ਕਦੀ ਪੁੱਟ ਕੇ ਨਾ ਵੇਖੀ ਅੱਖ ਨੀ ਇਹ ਲੰਘਿਆ ਜਹਾਨ ਤੋਂ ਵੱਖ ਨੀ ਇਹ ਲੰਘਿਆ ਜਹਾਨ ਤੋਂ ਵੱਖ ਨੀ ਲਓ ਘੁਮਾਣ ਇਸ ਵੇਲੇ ਸੰਦੀਪ ਲੁੱਧਾ ਮਾਂ ਦਾ ਲੁੱਧਾ ਪਾ ਰਿਹਾ ਕਬੱਡੀ ਦੇ ਚਾਰ ਸੂਰਮਿਆਂ ਵਿੱਚੋਂ ਹੁਣ ਵੇਖਦਾ ਵੀ ਕਿਹੜਾ ਨੌਜਵਾਨ ਅੱਗੇ ਆ ਕੇ ਉਹ ਕੋਈ ਗੁੱਟ ਫੜਦਾ ਕੋਈ ਲੱਤੀ ਲੱਗਦਾ ਸਿੱਧਵਾਂ ਵਾਲੇ ਵਾਂਗੂ ਨਹੀਂ ਰੀਸਾਂ ਬਹੁਤ ਸੋਹਣਾ ਪੜ ਲੈ ਗਈ ਵਾਪਸ ਆਉਂਦਾ ਹੋਇਆ ਉੱਧਰ ਵੀ ਦਿੜਬਾ ਮੱਖਣਾ ਉੱਧਰ ਵੀ ਦਿੜਬਾ ਉੱਧਰ ਕਹਿੰਦੇ ਹੁੰਦੇ ਆ ਵੀ ਮਸਤ ਮਲੰਗ ਸੰਦੀਪ ਇੱਧਰਲੇ ਪਾਸੇ ਕਹਿੰਦੇ 140 ਕਿਲੋਗ੍ਰਾਮ ਦੇ ਕਰੀਬ ਭਾਰਾ ਮਨ ਸਿੰਘ ਜਿਹੜਾ ਦੁਲਕ ਦਿੜਵੇ ਵਾਲਾ ਲੈ ਵੀ ਕਾਲੇ ਦੇਖ ਸਾਹਮਣੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਜਰਮਨਜੀਤ ਸਿੰਘ ਦੀ ਅਗਲੀ ਕਬੱਡੀ ਜਰਮਨਜੀਤ ਸਿੰਘ ਲੱਡਾ ਬਲਪੁਰ ਵਾਲਾ ਮੇਰੇ ਵੀਰੋ ਪਾਉਣ ਦੇ ਲਈ ਵਾਧਾ ਹੋਇਆ ਚਾਰੇ ਜਾਫੀਆਂ ਦੇ ਵਿੱਚ ਹੁਣ ਕੌਣ ਲਾ ਕੇ ਜਿਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਕਿ ਵਕਤ ਬੀਤਦਾ ਜਾਂਦਾ ਜ਼ਿੰਦਗੀ ਗੋਤੇ ਖਾਂਦੀ ਹੈ ਰਾਜੇ ਖੇਲੇ ਅੜ ਗਿਆ ਕੁੰਡਾ ਧੜਕਣ ਵੱਧਦੀ ਜਾਂਦੀ ਹੈ ਭਈ ਹੋਈ ਕਬੱਡੀ ਤੇ ਜਰਮਨਜੀਤ ਸਿੰਘ ਲੱਡਾ ਬਲਪੁਰੀਆ ਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਗੱਭਰੂ ਇਸ ਸਮੇਂ ਵਾਧਾ ਹੋਇਆ ਲਓ ਫਿਰ ਮੈਦਾਨ ਦੇ ਵਿੱਚ ਸ਼ੰਕਰ ਆ ਗਿਆ ਕਦੀ ਨਵਾਬ ਬਣਦਾ ਹੈ ਕਦੀ ਕਹਿੰਦੇ ਏਅਰ ਇੰਡੀਆ ਬਣ ਕੇ ਉੱਡਦਾ ਨੌਜਵਾਨ ਬਾਈ ਬਾਈ ਜੈਡ ਟੂ DEL ਲਓ ਹੁਣ ਵੇਖਦਾ ਵੀ ਇਸ ਗੱਭਰੂ ਦੀ ਉਡਾਨ ਜਿਹੜੀ ਹੈ ਕਿਹੜੇ ਕਿਹੜੇ ਦੇ ਹੱਥ ਜਿਹੜੇ ਕੰਟਰੋਲ ਟਾਵਰ ਜਿਹੜਾ ATC ਕਹਿੰਦੇ ਇਹ ਟ੍ਰੈਫਿਕ ਕੰਟਰੋਲਰ ਕੌਣ ਬਣਦਾ ਉਧਰੇ ਪਾਸੇ ਨਾਲ ਹੀ ਸਾਡਾ ਪੱਪੂ ਵੀ ਇਸ਼ਾਰਾ ਕਰਦਾ ਹੋਇਆ ਵੀ ਇਹ ਪੁਆਇੰਟ ਜਿਹੜਾ ਹੈ ਇਸ ਵੇਲੇ ਜਵਾਰੇ ਹੁਣਾਂ ਦੀ ਟੀਮ ਦਾ ਕੈਨੇਡਾ ਵੈਸਟ ਦਾ ਕੈਨੇਡਾ ਈਸਟ ਕੈਨੇਡਾ ਵੈਸਟ BC ਟੀਮ ਕਿਆ ਬਾਤ ਹੈ ਕੈਨੇਡਾ ਦੀ ਤਿੰਨ ਰੰਗ ਜਿਹੜੇ ਹੈ ਇਸ ਕੱਪ ਦੇ ਉੱਪਰ ਨਜ਼ਰ ਆਏ ਨੇ ਔਰ ਮੈਦਾਨ ਜਿਹੜਾ ਪੂਰਾ ਸਜਿਆ ਪਿਆ ਜਿੰਨੇ ਵੀ ਰੱਬ ਵਰਗੇ ਦਰਸ਼ਕ ਵੀਰ ਚਾਹੇ ਉਹ ਸਟੇਟਸ ਤੋਂ ਆਏ ਨੇ ਅਮਰੀਕਾ ਤੋਂ ਆਏ ਨੇ ਚਾਹੇ ਵੱਖ ਵੱਖ ਦੇਸ਼ਾਂ ਤੋਂ ਆਏ ਨੇ ਗੁਰਪ੍ਰੀਤ ਸਿੰਘ ਜੀ ਸ਼ੋਕਰ ਸਾਹਿਬ ਸਾਡੇ ਪ੍ਰਧਾਨ ਸਾਹਿਬ ਆਸਟ੍ਰੇਲੀਆ ਮੈਲਬੌਰਨ ਤੋਂ ਆਏ ਨੇ ਤੀਰਥ ਦਵਾਲ ਜੀ ਔਕਲੈਂਡ ਤੋਂ ਆਏ ਨੇ ਜੋ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ ਸੋ ਇਸੇ ਤਰ੍ਹਾਂ ਜਿਹੜੇ ਹੈ ਸਾਡੇ ਇੰਗਲੈਂਡ ਦੀ ਫੈਡਰੇਸ਼ਨ ਇੰਡੀਆ ਦੀ ਫੈਡਰੇਸ਼ਨ ਸਾਰੀਆਂ ਫੈਡਰੇਸ਼ਨਾਂ ਨੇ ਇੱਕ ਪਲੇਟਫਾਰਮ ਬਣਾਇਆ ਵੀ ਇਸ ਕਬੱਡੀ ਨੂੰ ਆਪਾਂ ਜਿਹੜਾ ਇੱਕ ਹੋਰ ਸਿਸਟਮ ਬਣਾ ਕੇ ਹੋਰ ਉੱਪਰ ਲੈ ਕੇ ਜਾਈਏ ਇਹਦੀ ਤਰੱਕੀ ਹੋਰ ਹੋਵੇ ਔਰ ਇਸ ਮਾਂ ਖੇਡ ਕਬੱਡੀ ਦਾ ਨਾਂ ਜਿਹੜਾ ਦੁਨੀਆ ਦੇ ਵਿੱਚ ਹੈ ਜਿਵੇਂ ਪੈਰਿਸ ਦੇ ਵਿੱਚ ਹੈ ਅਗਲੇ ਓਲੰਪਿਕ ਦਾ ਜਾਵੇ ਹਾਂਜੀ ਕਕਰਾਲੀ ਸਾਹਿਬ ਮਾਫੀ ਚਾਹਾਂਗੇ ਉੱਧਰ ਸਾਡੇ ਇੰਡੀਆ ਟੀਮ ਦੇ ਜਿਹੜੇ ਸਪਾਂਸਰ ਹੈ ਜਿੱਥੇ ਬਾਬਾ ਜੋਨ ਸਿੰਘ ਜੀ ਗਿੱਲ ਸਰਦਾਰ ਸੰਦੂਰ ਸਿੰਘ ਜੀ ਥਿਆੜਾ ਸਵਰਨ ਨਾਹਲ ਸੇਵਾ ਸਿੰਘ ਜੀ ਸੁਨੜ ਲਾਡੀ ਗਿੱਲ ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਬੱਲੀ ਸੰਘਾ ਲਾਡੀ ਗਿੱਲ ਕਿੰਦੂ ਰਮੇਦੀ ਭਜਨ ਸਿੰਘ ਜੀ ਤਿੰਦ ਅਤੇ ਨਾਲ ਸਾਡਾ ਵੀ ਸ਼ੀਰਾ ਪਾਲ ਸੋਤਾ ਸੁਰਿੰਦਰ ਨਿੱਜਰ ਨਾਜਰ ਸੋਤਾ ਪਾਲ ਕੈਲੇ ਗਰੁੱਪ ਹਰਵਿੰਦਰ ਬਿਰਕ ਜੋਨੀ ਚੌਹਾਨ ਸੁਰਿੰਦਰ ਅਟਵਾਲ ਤੀਰਥ ਗਾਖਲ ਮੇਜਰ ਗਾਖਲ ਮਾਨੀ ਗਾਖਲ ਨਰਿੰਦਰ ਸਿੱਧੂ ਬੱਲੀ ਸੰਘਾ ਜੀ ਅਤੇ ਨਾਲ ਏਸ਼ੀਅਨ ਫੂਡ ਸੈਂਟਰ
ਟਰਾਂਟੋ ਟਰੱਕ ਡਰਾਈਵਿੰਗ ਸਕੂਲ ਤੇ ਨਾਲ ਪਾਪੂਲਰ ਟਾਇਰ, ਜੇ ਵੀ ਐਕਸਪ੍ਰੈਸ, ਸਰਾਏ ਟਰੈਕਿੰਗ, ਏਸ਼ੀਅਨ ਫੂਡ ਸੈਂਟਰ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ ਕਰ ਦਿਓ ਸਿਫਤ। ਬਹੁਤ ਬਹੁਤ ਧੰਨਵਾਦ। ਲੁਧਲੇ ਪਾਸੇ ਕਹਿੰਦੇ ਹੁੰਦੇ ਵੀ ਰੀੜ ਪਈ ਹੋਈ ਹੈ ਔਰ ਲੱਗਦਾ ਹੋਇਆ ਜੱਫਾ। ਮੈਨੂੰ ਲੱਗਦਾ ਵੀ ਇਸ ਵੇਲੇ ਅੰਮ੍ਰਿਤ ਔਲਖ ਗੁਰਦਾਸਪੁਰੀ ਆ ਜਿਹੜਾ ਬਾਊ ਦਾ ਭਤੀਜਾ, ਕਹਿੰਦਾ ਬਾਊ ਵੀ ਬਹੁਤ ਤਕੜੀ ਕਬੱਡੀ ਖੇਡਿਆ ਔਰ ਬੰਦਿਆਂ ਤੋਂ ਦੂਰ ਐਨ ਜਾਫ ਲਾਈਂਦੇ ਆਪਣੇ ਏਰੀਏ ਦੇ ਵਿੱਚ ਕਹਿੰਦੇ ਹੁੰਦੇ ਲੱਗਦਾ ਹੋਇਆ ਜੱਫਾ। ਦੋ ਬੁਲਟ ਮੋਟਰਸਾਈਕਲ ਖੜੇ ਨੇ, ਦੋ ਫਿੱਟ ਫਿੱਟੀਏ ਅੱਜ ਕਿੱਧਰ ਨੂੰ ਜਾਣਗੇ ਤੇ ਸਮਾਂ ਦੱਸੂਗਾ। ਜਦੋਂ ਜਾਣਗੇ ਤੇ ਫਿਰ ਪਤਾ ਲੱਗੂਗਾ ਵੀ ਆਹ ਕਬੱਡੀ ਜਿਹੜੀ ਹੈ ਉਹਦੀ ਜਿੱਤ ਹੈ, ਦਰਸ਼ਕਾਂ ਦਾ ਪਿਆਰ ਹੈ, ਮੁਹੱਬਤ ਹੈ। ਲਓ ਇਧਰਲੇ ਪਾਸੇ ਕਹਿੰਦੇ ਹੁੰਦੇ ਸ਼ਕਰਪੁਰੀਆ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਕਾਲੇ ਵਧਿਆ ਹੋਇਆ, ਅਗਲੀ ਕਬੱਡੀ ਸ਼ਾਜੀ ਪਾਉਣ ਦੇ ਲਈ ਵਧਿਆ ਹੋਇਆ। ਇੱਕ ਪਾਸੇ ਨੌਜਵਾਨ ਗੱਭਰੂ ਯਾਦ ਹੈ ਮੇਰੇ ਪੰਜਾਬੀ ਵੀਰੋ ਨਾਲ ਮਠਾਡਿਆਂ ਵਾਲੇ ਦੀਪੇ ਦਾ ਪੁੱਤ ਦਲਜਿੰਦਰ ਸ਼ਾਜੀ ਪੁਆਇੰਟ ਆਪਣੀ ਟੀਮ ਇੰਡੀਆ ਦੇ ਹਿੱਸੇ ਜੁੜ ਗਿਆ ਹੈ। ਅਗਲੀ ਕਬੱਡੀ ਬਾਲੂ ਜੱਟ ਪਾਉਣ ਦੇ ਲਈ ਵਾਧਾ ਹੋਇਆ। ਗੋਲ ਜਿਹਾ ਦਾਇਰਾ ਹੈ ਵਿੱਚ ਹੰਦੇ ਦਿਸਦੇ, ਚੜ ਜਾਂਦਾ ਚਾਰ ਜਦ ਖਿਡਾਰੀ ਵਿੱਚ ਦਿਸਦੇ, ਜਾਈਏ ਬਲਿਹਾਰੇ ਜਿਹਨੇ ਕਾਢ ਦੀ ਕੱਢੀ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ। ਬਾਲੂ ਚੜ੍ਹਦੀ ਪਈ ਹੋਈ ਕਬੱਡੀ ਤੇ ਫਰਿਆਦ ਕਰਦਾ ਟਰਾਈ ਡੱਕਣ ਦੀ ਰੱਖਣ ਦੀ, ਪਰ ਬਾਲੂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜ ਗਿਆ। ਅਗਲੀ ਕਬੱਡੀ ਮਨ ਸਿੰਘ ਪਾਉਣ ਦੇ ਲਈ ਵਾਧਾ ਹੋਇਆ। ਪਹਿਲਾਂ ਟੋਬਾ ਟੇਪ ਟੇਕ ਸਿੰਘ ਜ਼ਿਲ੍ਹੇ ਦੇ ਖਿਡਾਰੀ ਨੇ ਕਬੱਡੀ ਪਾਈ ਤੇ ਹੁਣ ਦੇਖੋ ਸਾਹਮਣੇ ਜ਼ਿਲ੍ਹਾ ਸੰਗਰੂਰ। ਔਰ ਜਿੰਦ ਮਾਹੀ ਜੇ ਚੱਲਿਆ ਸੰਗਰੂਰ, ਉੱਥੋਂ ਘੱਗਰਾ ਲਿਆ ਵੀ ਜ਼ਰੂਰ, ਜਿਹਨੂੰ ਪਾ ਕੇ ਮੈਂ ਬਣਿਆ ਹੂਰ, ਉੱਥੋਂ ਦੇ ਘੱਗਰੇ ਮਸ਼ਹੂਰ ਨੇ ਔਰ ਕਹਿੰਦੇ ਮੁਲਤਾਨ ਦੇ ਅੰਬ ਮਸ਼ਹੂਰ ਨੇ, ਕਸੂਰ ਦੀ ਜੁੱਤੀ ਮਸ਼ਹੂਰ ਹੈ ਤੇ ਜਿਹੜੇ ਨੌਜਵਾਨ ਨੇ ਪਹਿਲਾਂ ਕਬੱਡੀ ਪਾਈ ਹੈ ਨਾ ਕਮਾਲੀਆ ਪਿੰਡ ਦਾ ਟੋਬਾ ਟੇਕ ਸਿੰਘ ਦਾ, ਉੱਥੋਂ ਦਾ ਖੱਦਰ ਮਸ਼ਹੂਰ ਹੈ ਔਰ ਤੇੜ ਪਏ ਤੇ ਖੱਦਰ ਬੋਲੇ ਅਸਲੀ ਖੱਡੀ ਦਾ। ਉੱਧਰ ਮੈਦਾਨ ਦੇ ਵਿੱਚ ਜਰਮਨਜੀਤ ਸਿੰਘ ਦੀ ਪਈ ਹੋਈ ਰੇਡ ਦੇ ਉੱਪਰ, ਔਰ ਸ਼ੇਰ ਕਹਾਉਣਾ ਸੌਖਾ, ਸ਼ੇਰ ਜਿਹਾ ਬਣਨਾ ਔਖਾ ਹੈ, ਸਾਨ ਸਿੰਘਾਂ ਤੋਂ ਫੜਨਾ ਤੇ ਫੜ ਕੇ ਢਾਉਣਾ ਔਖੇ, ਵਰਗ ਮਾਰਨੀ ਸੌਖੀ, ਪਰ ਬੱਲੇ 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 ਹੋਈ ਪਈ ਹੈ। ਔਰ ਨੇਰੀਸਾ ਇਹ ਚੋਲਾ ਸਾਹਿਬ ਦੀ ਧਰਤੀ ਹੈ, ਪਵਿੱਤਰ ਧਰਤੀ ਹੈ, ਉਧਰੇ ਪਾਸੇ ਮੈਚ ਫਸਿਆ ਪਿਆ। ਦਰਸ਼ਕ ਜਿਹਨੇ ਇਸ ਵਾਰ ਨਾ ਇਸ ਵੇਲੇ ਜੋ ਆਵਾਜ਼ ਜਿਹੜੀ ਕਿਸੇ ਵੇਲੇ ਲੱਭੀ ਗਈ ਕਿ ਫਿਲਮ ਦੇ ਵਿੱਚ ਉਹ ਆਵਾਜ਼ ਭਰਨੀ ਜਿਹੜੀ ਕਬੱਡੀ ਦੇ ਦਰਸ਼ਕਾਂ ਦੀ ਹੁੱਲੇ ਹਿਲਾਰੀ ਦੀ ਆਉਂਦੀ ਹੈ। ਲਓ ਇਸ ਵੇਲੇ ਏਅਰ ਇੰਡੀਆ ਫਿਰ ਮੈਦਾਨ ਦੇ ਵਿੱਚ ਹੈ। ਪ੍ਰੋਫੈਸਰ ਸਾਹਿਬ ਮਾਫੀ ਚਾਹਾਂਗੇ, ਮੈਂ ਬੇਨਤੀ ਕਰਦਾ ਰੈਂਬੋ ਸਿੱਧੂ ਜਿੱਥੇ ਵੀ ਆਵਾਜ਼ ਸੁਣਦਾ ਹੈ ਅੰਡਰ 21 ਯੂਐਸਏ ਦੀ ਟੀਮ ਦੇ ਖਿਡਾਰੀਆਂ ਨੇ ਜਾਣਾ ਹੈ, ਉਹਨਾਂ ਦਾ $400 ਆਪਾਂ ਨੇ ਉਹਨਾਂ ਤੱਕ ਪੁੱਜਦਾ ਕਰਨਾ ਹੈ। ਰੈਂਬੋ ਸਿੱਧੂ ਜਲਦੀ ਪਲੀਜ਼ ਸਾਡੇ ਕੋਲ ਪਹੁੰਚੇ। ਹਾਂਜੀ, ਲਾ ਪਈ ਹੋਈ ਕਬੱਡੀ ਦੇ ਜੋਧਾ ਕਰਦਾ ਟਰਾਈ ਡੱਕਣ ਦੀ ਰੱਖਣ ਦੀ। ਵਾਹ, ਉਹ ਸੋਹਣੇ ਸ਼ੰਕਰ ਸੰਧਮਾ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਹੈ। ਪਲਪੀ ਨੌਜਵਾਨਾਂ ਪਾਗਲੀ ਕਬੱਡੀ ਕਿ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਡਜੂ ਕਰਦੀ, ਜਾਫ ਜਿਵੇਂ ਝਪਟ ਹੋਏ ਚਿੱਤੇ ਦੀ ਰੇਡ ਵਾਂਗ ਹਿਰ ਉਲਾਰੀ ਭਰਦੀ। ਫੈਸਲੇ ਹੁਣ ਕੋਲਾਂ ਦੇ, ਕੋਲਾਂ ਨਾਲ ਟਰੈਕਟਰ ਮਿਲਦੇ, ਖੇਡ ਕੇ ਕੌਡੀ ਕਾਲਿਆ ਹੋਏ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ, ਖੇਡ ਕੇ ਕੌਡੀ ਕਾਲਿਆ ਹੋਏ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ। ਲਓ ਬਹੁਤ ਹੀ ਕਿ ਕੁੰਡੀਆਂ ਦੇ ਸਿੰਘ ਫਸ ਗਏ, ਕੋਈ ਨਿਤਰੂ ਬੜੀ ਮੇਖਾਣੀ, ਬਹੁਤ ਸੋਹਣੀ ਅੰਟੈਰੀਓ ਕਬੱਡੀ, ਕਬੱਡੀ ਫੈਡਰੇਸ਼ਨ ਆਫ ਅੰਟੈਰੀਓ ਦੇ ਇਸ ਚੈਨਲ ਦੇ ਉੱਪਰ ਬੜੀ ਕਲੈਰਿਟੀ ਹੈ, ਦੁਨੀਆ ਤੋਂ ਫੋਨ ਆਏ ਹੈ ਕਿ ਬਹੁਤ ਹੀ ਸਾਫ਼ ਸੁਥਰੇ ਢੰਗ ਦੇ ਨਾਲ ਇਹ ਮੈਚ ਜਿਹੜੇ ਦੇਖ ਰਹੇ ਹੈ ਔਰ ਕਮਾਲ ਦੀ ਇਹ ਸਹਿਦੀ ਦੁਨੀਆ। ਲਓ ਉਧਰਲੇ ਪਾਸੇ ਵੇਖੋ ਕਿਵੇਂ ਵੱਧ ਕੇ ਟੱਚ ਮਾਰਿਆ ਨੌਜਵਾਨ ਨੇ ਔਰ ਹਵਾ ਹਵਾਈ ਬਣਦਾ, ਬੜੀ ਭਾਜ, ਬੜਾ ਫੁਰਤੀਲਾ ਹੈ, ਬੜਾ ਜਸ਼ੀਲਾ ਨੌਜਵਾਨ, ਬੜਾ ਹਟੀਲਾ ਹੈ। ਲਓ ਅਗਲੀ ਕਬੱਡੀ ਪਾਉਣ ਲਈ ਵੇਖੋ ਸਾਹਮਣੇ ਮੈਦਾਨ ਦੇ ਵਿੱਚ ਅੱਗੇ ਇਹ ਵਾਧਾ ਹੋਇਆ। ਇਹ ਹੈ ਨੌਜਵਾਨ ਬਾਲੂ ਦੇ ਨਾਂ ਜਾਣਿਆ ਜਾਂਦਾ, ਬਾਲੂ ਜੱਟ ਦੇ ਤੌਰ 'ਤੇ, ਜਿਵੇਂ ਬਾਬਰ ਗੁੱਜਰ ਜੱਟ ਨਾ ਹੈ ਉਵੇਂ ਇਸ ਗੱਭਰੂ ਦੀ ਵੀ ਖੇਡ ਜਿਹੜੀ ਇਸ ਵੇਲੇ ਦੇਖੋ ਸਾਹਮਣੇ ਮੈਦਾਨ ਦੇ ਵਿੱਚ ਕਲੈਰੀ ਮੋਰ ਬਣਿਆ ਪਿਆ
ਉਹ ਨਹਿਰੀ ਸਾਹ ਉਧਰਲੇ ਪਾਸੇ ਕਹਿੰਦੇ ਹੁੰਦੇ ਆ, ਇੱਕ ਚੜ੍ਹਦੇ ਪੰਜਾਬ ਦੀ ਗੱਲ, ਲਹਿੰਦੇ ਪੰਜਾਬ ਦੀ ਗੱਲ, ਪਰ ਸਾਹਮਣੇ ਮੈਦਾਨ ਦੇ ਵਿੱਚ ਇਹ ਮੈਨੂੰ ਲੱਗਦਾ ਔਖੀ ਗੱਲ ਹੋਈ ਪਈ ਹੈ। ਇਹ ਹੈ ਕਲਸੀਆਂ, ਕਲਸੀਆਂ ਪਿੰਡ ਹੈ, ਰਾਏਕੋਟ ਦਾ ਏਰੀਆ ਹੈ ਔਰ ਜ਼ਿਲ੍ਹਾ ਲੁਧਿਆਣਾ ਇਸ ਨੌਜਵਾਨ ਦਾ। ਪਰ ਮੈਨੂੰ ਲੱਗਦਾ ਵੀ ਵਸੀਮ ਨੇ ਅਜੇ ਹੌਸਲਾ ਨਹੀਂ ਛੱਡਿਆ, ਆਉਂਦੇ ਤਾਂ ਬਿਲਕੁਲ ਲੱਗੇ 5-7 ਫੁੱਟ ਦੇ ਆਹ ਲਓ ਜੀ, ਕਿਆ ਬਾਤ ਹੈ। ਪਰ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ, ਪਰ ਸਮੇਂ ਦਾ ਫੈਸਲਾ ਜਿਹੜਾ ਜਾਫੀ ਦੇ ਹਿੱਸੇ ਹੈ। ਲਓ ਅਗਲੀ ਕਬੱਡੀ, ਫਿਰ ਸਿੱਖ ਸਰਦਾਰ ਨੌਜਵਾਨ ਇਸ ਵੇਲੇ ਮੈਦਾਨ ਦੇ ਵਿੱਚ, ਰਸ਼ੀਨ ਵਾਲਿਆ ਉੱਧਰ ਦੇਖ ਸਾਹਮਣੇ ਉਹ ਪਹਾੜ ਜਿੱਡਾ ਕਬੱਡੀ ਸੀ, ਕਬੱਡੀ ਮਨ ਸਿੰਘ ਮੇਰੇ ਵੀਰੋ, ਸਰਜੀਤ ਸਿੰਘ ਜੀ ਢਿੱਲੋਂ, ਸਨੀ ਸੋਤਾ ਜੀ ਲੋਦਰ ਦੇ ਹਰ ਇੱਕ ਪੁਆਇੰਟ ਦੇ $200 ਦੇ ਮਾਨ ਸਨਮਾਨ ਕਰਨਗੇ। ਸਰਜੀਤ ਢਿੱਲੋਂ, ਸਨੀ ਸੋਤਾ ਜੀ, ਲਾਗਲੀ ਕਬੱਡੀ, ਜਰਮਨਜੀਤ ਸਿੰਘ ਲੱਡਾ ਬਲਪੁਰੀਆ ਪਾਉਣ ਦੇ ਲਈ ਵਾਧਾ ਹੋਇਆ। ਲੈ ਵੀ ਪਿਆਰਾ ਵੀਰ ਧਰਮਿੰਦਰ ਵੀ ਬੜਾ ਫਾਸ ਹੁੰਦਾ ਸੀ, ਉਹਨੂੰ ਹੌਸਲਾ ਨਹੀਂ ਸੀ ਇਸ ਨੌਜਵਾਨ ਨੂੰ ਛੱਡਿਆ ਸੀਗਾ, ਵੱਧ ਚੜ੍ਹ ਕੇ ਇਹਦੇ ਵਾਂਗੂ ਕਬੱਡੀਆਂ ਪਾਈਆਂ। ਗੜੀ ਵਾਲਿਆ ਵੇਖ ਸਾਹਮਣੇ ਮੈਦਾਨ ਦੇ ਵਿੱਚ, ਆਓ ਕੌਣ ਹੈ, ਆਓ ਕੌਣ ਹੈ, ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਦੇ ਹੈ। ਜੇ ਅੱਗੇ ਅੜ ਜਾਈ ਤਾਂ ਖੂਹ ਦੀ ਮਾਣ ਹੁੰਦੇ ਹੈ। ਲੋ ਖੂਹਾਂ ਦੀ ਗੱਲ, ਟਿਕ ਟਿਕ ਰੀਰੀ ਖੂਹ ਕਰਦਾ, ਨੱਕੂ ਨੱਕੀ ਨੱਕੀਆਂ ਨੂੰ ਜਾਏ ਭਰਦਾ, ਉਹ ਪੁਰਾਤਨ ਸਮੇਂ ਦੀ ਗੱਲ। ਉਹ ਗੱਡੀ, ਉਹ ਪੰਜਾਲੀਆਂ, ਉਹ ਮੁਠੀਏ ਔਰ ਉਹ ਬਲਦਾਂ ਦੀਆਂ ਟੱਲੀਆਂ, ਇੱਕ ਵੱਖਰਾ ਨਜ਼ਾਰਾ ਸੀਗਾ। ਪਰ ਆਹ ਨਜ਼ਾਰਾ ਜਿਹੜਾ ਏਅਰ ਇੰਡੀਆ ਦਾ, ਲਓ ਲੰਡਨ ਦੇ ਏਅਰਪੋਰਟ ਤੋਂ ਦੁਬਾਰਾ ਫਿਰ ਕਹਿੰਦੇ ਹੁੰਦੇ 7:20 ਦੇ ਉੱਪਰ ਫਲਾਈਟ ਆਉਣੀ ਆ ਰਹੀ ਹੈ ਔਰ ਉਧਰਲੇ ਪਾਸੇ ਵੇਖਦਾ ਵੀ ਸਾਹਮਣੇ ਮੈਂ, ਲਓ ਜੀ ਫਲਾਈਟ ਉੜ ਗਈ ਹੈ ਥੋੜੇ ਸਮੇਂ ਲਈ। ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਗਗਨ ਗਿੱਲ ਤੇ ਰਾਣਾ ਗਿੱਲ ਵੈਸਟ ਕੋਸਟ ਤੋਂ ਸਾਡੇ ਦਰਮਿਆਨ, ਜਿਨ੍ਹਾਂ ਦਾ ਅੱਜ ਦੇ ਕੱਪ ਲਈ ਬਹੁਤ ਵੱਡਾ ਯੋਗਦਾਨ ਹੈ, ਸਿਲਵਰ ਸਪਾਂਸਰ ਹੈ। ਗਗਨ ਗਿੱਲ ਤੇ ਰਾਣਾ ਗਿੱਲ ਵੈਸਟ ਕੋਸਟ ਤੋਂ ਸਾਡੇ ਦਰਮਿਆਨ ਪੁੱਜੇ ਹੈ, ਜੋ ਕਿ ਦਲਜੀਤ ਸਿੰਘ ਜੀ ਰਾਮਗੜ੍ਹ ਦੇ ਭਾਣਜਾ ਨੇ, ਉਹਨਾਂ ਦੇ ਇੱਥੇ ਪਹੁੰਚਣ ਦੇ ਜੀਆਂ ਨੂੰ ਆਖਦੇ ਹੈ। ਸੁਖੀ ਧਾਲੀਵਾਲ ਵਰਲਡ ਵਾਈਡ ਕੈਰੀਅਰ, ਉਹਨਾਂ ਦਾ ਧੰਨਵਾਦ ਹੈ। ਰਾਣੀ ਗਿੱਲ ਦਾ ਅਤੇ ਗਗਨ ਗਿੱਲ ਦਾ, ਬਿੱਲਾ ਸਿੱਧੂ ਜੋ ਕਿ ਪ੍ਰਧਾਨ ਨੇ 56 ਬੈਂਕ ਟਾਲ ਵਾਲੇ, ਕਿਉਂਕਿ ਉਹਨਾਂ ਦੇ ਭਾਣਜਾ ਸਾਹਿਬ ਹੈ ਜਿਨ੍ਹਾਂ ਨੇ $10,000 ਦਿੱਤਾ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਰਾਣਾ ਗਿੱਲ ਅਤੇ ਗਗਨ ਗਿੱਲ, ਮਾਈਕ ਵੱਟੋ ਕਮੈਂਟਰੀ ਬਾਕਸ। ਬਹੁਤ ਬਹੁਤ ਧੰਨਵਾਦ ਸੁਰਜੀਤ ਸਿੰਘ ਜੀ, ਤੁਹਾਡਾ ਵੱਡੀ ਡਿਊਟੀ ਹੈ ਉਧਰਲੇ ਪਾਸੇ ਵੀ। ਪੱਪੂਆ ਹਰ ਜਾ ਪਿੱਛੇ ਨਹਿਰੀਸਾ ਨੌਜਵਾਨ ਜਿਹੜਾ ਜ਼ਿਲ੍ਹਾ ਜਲੰਧਰ ਦੇ ਸ਼ਕਰਪੁਰ ਦਾ ਨੌਜਵਾਨ, ਬਹੁਤ ਸੋਹਣਾ ਪਾਟ ਲੈ ਕੇ ਵਾਪਸ ਆ ਰਿਹਾ। ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵੇਖਦੇ ਹੈ। ਇਹ ਹੈ ਸੋਨੂ ਨੌਜਵਾਨ, ਬੜਾ ਪਿਆਰਾ ਨਾਮ ਹੈ, ਉੱਚਾ ਲੰਬਾ ਕੱਦ ਹੈ, ਗੁਰਾਂ ਨਸ਼ੂ ਰੰਗ ਹੈ, ਉਹ ਸੂਬੇ ਅੰਬਰਸਰੀਏ ਵਰਗਾ ਲੱਗਦਾ ਜਾਂ ਦਰਸ਼ਨ ਮੰਗਲੀ ਵਰਗਾ ਲੱਗਦਾ ਨੌਜਵਾਨ, ਉਹ ਵੱਡੇ ਦਰਸ਼ਨੀ ਸਰੀਰ ਹੋਏ ਹੈ। ਉਹ ਸਾਨੀ ਵਾਲੀਏ ਸੁਰਜੀਤ ਵਾਂਗੂ ਜਾਓ ਹੁਣ ਉੜਦਾ ਨੌਜਵਾਨ ਮੈਦਾਨ ਦੇ ਵਿੱਚ, ਬਹੁਤ ਸੋਹਣਾ ਪਾਟ ਲੈ ਕੇ ਵਾਪਸ। ਅੱਡੀ ਚੋਟੀ ਦਾ ਜ਼ੋਰ ਲੱਗਾ ਪਿਆ, ਖਿਡਾਰੀਆਂ ਦਾ ਵੱਧ ਜ਼ੋਰ ਜਿਹੜਾ ਦਰਸ਼ਕਾਂ ਦਾ ਲੱਗਾ ਪਿਆ, ਰੱਬ ਵਰਗੇ ਦਰਸ਼ਕ ਬਹਿ ਮਾਂ ਆਖਿਰ ਕਬੱਡੀ ਦੇ ਨਾ ਗੱਭਰੂਆਂ ਦੇ ਮੈਚ ਨੂੰ ਮਾਣ ਰਹੇ ਹੈ। ਲੈ ਵੀ ਰਸ਼ੀਨ ਵਾਲਿਆ ਦੇਖ ਸਾਹਮਣੇ ਮੈਦਾਨ ਦੇ ਵਿੱਚ, ਦੁਨੀਆਂ ਦਾ ਚਿੱਟੇ ਰੰਗ ਦੀ ਦਸਤਾਰ ਸਹੀ ਹੈ, ਜਵਾਰਾ ਕਾਲਾ ਸੰਘਿਆ ਵਾਲਾ ਹੈ, ਆਪਣੇ ਸਮੇਂ ਦਾ ਬਹੁਤ ਵੱਡਾ ਖਿਡਾਰੀ ਹੈ। ਜਿਵੇਂ ਤੀਰਥ ਗਾਖਲ ਬਾਕੀਆਂ ਨੂੰ ਵੀ ਖੜਾ ਜਾਂਦਾ ਨਾ, ਇਵੇਂ ਜਵਾਰਾ ਵੀ ਆਪਣੇ ਸਮੇਂ ਬਾਕੀਆਂ ਨੂੰ ਵੀ ਖੜਾ ਜਾਂਦਾ ਸੀ ਜਾਫੀਆਂ ਨੂੰ। ਲੈ ਵੀ ਕਾਲੇ ਕਰਦੀ ਗੱਲ ਸਾਹਮਣੇ ਸੰਗਰੂਰ ਵਾਲੇ ਦੀ, ਲਾਗਲੀ ਕਬੱਡੀ ਲੁੱਦਰ ਪਾਉਣ ਦੇ ਲਈ ਵਾਧਾ ਹੈ ਕਿ ਜੰਮੇ ਜੱਟ ਵਿੱਚ ਮਾਲਵੇ ਦੇ ਖਿੱਤੇ ਪਿੰਡ ਦੜਵਾ ਦੇ ਜ਼ਿਲ੍ਹਾ ਸੰਗਰੂਰ ਮਿੱਤਰੋ, ਕੌਡੀ ਦਾ ਨੇ ਵੇਖਣਾ ਹੈ, ਦੂਜਾ ਹਰਜੀਤ ਰੇਡ ਲੁੱਧਰ ਦੀ ਵੇਖਿਓ ਜ਼ਰੂਰ ਮਿੱਤਰੋ, ਰੇਡ ਲੁੱਧਰ ਦੀ ਵੇਖਿਓ ਜ਼ਰੂਰ ਮਿੱਤਰੋ। ਵਾਹ ਉਹ ਸੋਹਣੇ ਸੰਦੀਪ ਲੁੱਧਰ, ਲੱਖਾਂ ਦਾ ਪੁਆਇੰਟ ਆਪਣੀ ਟੀਮ ਦੇ ਉੱਤੇ ਜੋੜ ਗਿਆ। ਲਓ ਜਹਾਜ਼ ਫੇਰ ਆ ਗਿਆ, ਮੇਰੇ ਜਹਾਜ਼ ਫੇਰ ਆ ਗਿਆ, ਰੈਂਬੋ
ਰੈਂਬੋ ਲੋਕੀ ਕਹਿੰਦੇ, ਰੈਂਬੋ ਰੈਂਬੋ ਲੋਕੀ ਕਹਿੰਦੇ, ਜਹਾਜ਼ ਜਹਾਜ਼ ਨਹੀਂ, ਉਹਨੇ ਰੇਡਾਂ ਪਾਉਣ ਨੂੰ ਜਹਾਜ਼ ਰੱਖਿਆ, ਉਹਨੇ ਰੇਡਾਂ ਪਾਉਣ ਨੂੰ ਜਹਾਜ਼ ਰੱਖਿਆ। ਉੱਧਰ ਇਹ ਕਿਉਂ ਜੀ, ਸਾਡੇ ਕੌਂਕਿਆਂ ਵਾਲੇ ਸਾਡੇ ਰੈਂਬੋ ਦੇ ਪੁੱਤਰ ਜਿਹੜੇ ਆ, ਉਹ ਵੀ ਕਬੱਡੀ ਨਾਲ ਛੋਟੇ ਹੁੰਦੇ ਬੜਾ ਪਿਆਰ ਰੱਖਦੇ ਆ। ਬਹੁਤ ਬਹੁਤ ਧੰਨਵਾਦ। ਔਰ ਨਾਲ ਹੀ ਜਿਹੜਾ ਸਾਡੇ ਇਧਰਲੇ ਪਾਸੇ ਜਿਹੜਾ ਸਾਹਿਲ ਸਿੱਧੂ, ਉਹ ਵੇਖੋ ਸਾਹਮਣੇ, ਮੈਨੂੰ ਲੱਗਦਾ ਜਹਾਜ਼ ਉਹ ਲੈਂਡਿੰਗ ਗੇਅਰ ਜਿਹੜਾ ਉਹਦਾ ਨੁਕਸ ਪੈ ਗਿਆ। ਜਦੋਂ ਲੈਂਡਿੰਗ ਗੇਅਰ ਦਾ ਨੁਕਸ ਪੈ ਜਾਏ ਨਾ, ਫਿਰ ਪਾਇਲਟ ਦੇ ਜੁੰਮੇ ਹੁੰਦਾ ਹੈ। ਏਕਮ ਤੇ ਸਾਹਿਲ ਰੈਂਬੋ ਦੇ ਤਿੰਨੇ, ਤੇ ਨਾਲ ਹੀ ਇਧਰਲੇ ਪਾਸੇ ਈਸ਼ਰ ਸਿੱਧੂ। ਕਿਆ ਬਾਤ ਹੈ ਕਿ ਈਸ਼ਰ ਜੀ ਸਾਡੀ ਟਾਈਟਨ ਟਰੱਕ ਵਾਲੇ ਹੈ। ਔਰ ਬੇਟੇ ਤਿੰਨੇ ਰੈਂਬੋ, 1 2 3 ਲਓ ਦੇ ਇਧਰਲੇ ਪਾਸੇ। ਜਰਮਨਜੀਤ ਸਿੰਘ, ਜਰਮਨ ਦੁਨੀਆ ਦਾ ਕਹਿੰਦੇ ਟੈਕਨੋਲੋਜੀ ਵਿੱਚ ਬਹੁਤ ਵੱਡਾ ਦੇਸ਼ ਹੈ, ਤੇ ਇਧਰਲੇ ਪਾਸੇ ਸਾਡੀ ਖੇਡ ਕਬੱਡੀ ਦਾ ਮੈਨੂੰ ਲੱਗਦਾ ਚੱਪਾ ਚੱਪਾ ਚੱਪਾ। ਓ ਫਰਿਆਦ ਰੱਬਾ ਤੇਰੇ ਤਾਈਂ ਫਰਿਆਦ, ਰੱਬਾ ਤੇਰੇ ਤਾਈਂ ਫਰਿਆਦ, ਸਾਡੀ ਕਬੱਡੀ ਨੂੰ ਰੱਖੀ ਆਵਾਦ। ਸਾਡੀਆਂ ਦੁਆਵਾਂ ਨੇ ਸਮਾਂ ਖੇਡ ਕਬੱਡੀ ਨਾਲ, ਸਾਡੇ ਇਸ ਕਬੱਡੀ ਦੀ ਬਦੌਲਤ ਹੀ ਮੱਖਣਾ ਸਾਹ ਚੱਲਦੇ ਹੈ, ਅਸੀਂ ਇਹਦੇ ਵਿੱਚ ਹੀ ਜੀਨੇ ਹੈ, ਔਰ ਇਹਦੇ ਵਿੱਚ ਇੱਕ ਦਿਨ ਨੂੰ ਖਤਮ ਹੋਵਾਂਗੇ। ਓ ਜੋ ਦੇਖੋ ਸਾਹਮਣੇ ਅਗਲੀ ਕਬੱਡੀ, ਵੇਖੋ ਤੁਸੀਂ ਪੜਾ ਸਾਡੀ ਅਗਲੀ ਕਬੱਡੀ ਪਾਉਣ ਦੇ ਲਈ ਵਧਾ ਹੈ ਕਿ ਯਾਰਾਂ ਨੂੰ ਯਾਰਾਂ ਦੇ ਹੁੰਦੇ ਹੌਸਲੇ ਮੋਢੇ ਉੱਤੇ ਰੱਖੀ ਹੋਈ ਦਿਨਾਲੀ ਵਰਗੇ, ਜੱਸੀ ਸਰਾਏ ਰੈਂਬੋ ਸਿੱਧੂ ਹਾਂ ਦੀ ਯਾਰੀ ਮੇਰੇ ਵੀਰੋ ਫੱਟੇ ਦੇ ਗੱਡੇ ਕਿਲ ਵਰਗੀ ਹੈ। ਯੰਗ ਦਾ ਕਬੱਡੀ ਕੱਪ ਭਰ ਜੋ ਦਿੰਦੇ ਹੈ, ਪਈ ਹੋਈ ਸ਼ਾਜੀ ਦੀ ਕਬੱਡੀ ਲਾਓ ਕਰਦਾ ਟਰਾਈ ਯੋਧਾ। ਸਾਜੀ ਸਾਜੀ ਇੱਕ ਤੇਰੀ ਜਿਹੜੀ ਹੈ ਨਾ ਪੁੱਠੀ ਬਾਜੀ, ਉਹ ਵੀ ਲੋਕ ਉਡੀਕਦੇ ਆ ਵੀ ਕਦੋਂ ਮੋਮੈਂਟਮ ਵਿੱਚ ਆਵੇਗਾ ਨਾ, ਜਦੋਂ ਪੁੱਠੀ ਬਾਜੀ ਸਿੱਧੀ ਬਾਜੀ ਤੇ ਸਾਰੇ ਮਾਰ ਲੈਂਦੇ ਆ, ਪੁੱਠੀ ਤੇ ਹੈਰੂ ਜਾਂ ਛਾਜੀ ਮਾਰ ਸਕਦਾ। ਬਹੁਤ ਬਹੁਤ ਧੰਨਵਾਦ ਆ ਸਾਡੇ ਵੀਰ ਰਾਣੇ ਗਿੱਲ ਦਾ ਤੇ ਗਗਨ ਗਿੱਲ ਦਾ, ਜਿਨ੍ਹਾਂ ਦਾ ਅੱਜ ਦੇ ਇਸ ਕੱਪ ਲਈ ਬਹੁਤ ਵੱਡਾ ਯੋਗਦਾਨ ਹੈ। ਨਾਰਥ ਕੋਸਟ ਵੈਸਟ ਕੋਸਟ ਵਾਲੇ ਸਾਡੇ ਵੀਰ ਰਾਣੇ ਗਿੱਲ ਤੇ ਗਗਨ ਗਿੱਲ ਦਾ, ਆਹ ਭਾਲੂ ਜੱਟ ਕਹਿੰਦੇ ਲਹਿੰਦੇ ਪੰਜਾਬ ਦਾ, ਬਹੁਤ ਤਕੜਾ ਖੇਡਦਾ ਹੈ। ਉੱਧਰ ਨਾਰਥਰ ਦੇ ਸਾਡੇ ਜੈਕ ਚੀਮਾ ਜੀ ਤੇ ਨਾਲ ਸੁਖੀ ਧਾਲੀਵਾਲ, ਵਰਲਡ ਵਾਈਡ ਕੈਰੀਅਰ ਨਿਊ ਵੈਸ ਦੇ ਸੁਰਜੀਤ, ਹਾਈ ਪੁਆਇੰਟ ਟਰੱਕ ਸੇਲ ਦੇ ਸਾਡੇ ਸਰਬਜੀਤ ਗਿੱਲ ਤੇ ਨਾਲ ਜਸਪਾਲ ਸਿੱਧੂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਆਹ ਵੇਖਦੇ ਹਾਂ ਨੌਜਵਾਨ ਯੋਧਾ ਵਧੀਆ ਟਰਾਈ ਕਰਦਾ ਹੋਇਆ ਅੱਜ ਦੇ ਇਸ ਕੱਪ ਦੇ ਵਿੱਚ। ਕਹਿੰਦੇ ਕਬੱਡੀ ਦੇ ਵੱਡੇ ਬੁਲਾਰੇ ਅਮਨ ਲੋਪੋ ਨੂੰ ਇੱਕ ਨਹੀਂ ਦੋ ਗੋਲਡ ਮੈਡਲ ਪਾਏ ਜਾਣੇ ਹੈ, ਇੱਕ ਯੰਗ ਕਬੱਡੀ ਕਲੱਬ ਟੋਰਾਂਟੋ ਵੱਲੋਂ, ਇੱਕ ਇੰਦਰਜੀਤ ਗਿੱਲ ਤੇ ਨਵੀਂ ਗਿੱਲ ਗਿੱਲ ਟਰੱਕ ਟ੍ਰੇਲਰ ਰਿਪੇਅਰ ਐਂਡ ਪਾਰਟਸ ਵਾਲੇ ਮਾਨਸਮਾਨ ਕਰਨਗੇ। ਪ੍ਰੋਫੈਸਰ ਸਾਹਿਬ ਨੋਟ ਕਰਿਓ, ਇੱਕ ਗੋਲਡ ਮੈਡਲ ਜੋਤੀ ਸਮਰੇ ਨੂੰ, ਇੱਕ ਜਿਹੜਾ ਜਵਾਰੇ ਕਾਲੇ ਸੰਘਿਆਂ ਨੂੰ, ਉਹ ਗੋਲਡ ਮੈਡਲਾਂ ਦੇ ਨਾਲ ਅੱਜ ਜੰਗ ਕਲੱਬ ਦੇ ਵੱਲੋਂ ਵੱਡਾ ਮਾਣ ਦਿੱਤਾ ਜਾਣਾ ਜੀ। ਵਾਹ, ਉੱਧਰ ਮਾਸ਼ਾਅੱਲਾ ਜੂਲਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਰੈਂਬੋ ਵੀਰ ਨੇ ਦੱਸਿਆ ਵੀ ਲਗਭਗ $80,000 ਦੇ ਕਰੀਬ ਉਹਨਾਂ ਦੀ ਮਦਦ ਹੈ। ਅਲੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ। ਲਓ ਦੂਸਰੇ ਪਾਸੇ ਦੇਖੋ, ਉਧਰਲੀ ਪਾਸੇ ਪਈ ਹੋਈ ਰੇਡ ਇਸ ਨੌਜਵਾਨ ਗੱਭਰੂ ਦੀ, ਲੱਖ ਲੱਖ ਦੀ ਰੇਡ। ਆਹ ਵਾਹ ਸੋਹਣਿਆ, ਨਵਾਬ ਸਾਹਿਬ, ਨਵਾਬ ਸਾਹਿਬ ਪਰਾਂ ਦੇ ਵਿੱਚ ਜਿਹੜੀ ਹੁਣ ਜਿਹੜੀ ਹੈ ਨੇ, ਕਹਿੰਦੇ ਹੁੰਦੇ ਵੀ 45,000 ਲੀਟਰ ਪਾ ਕੇ ਉੜਨਾ ਅਗਲੀ ਵਾਰ ਨੂੰ ਲੰਡਨ ਏਅਰਪੋਰਟ ਤੋਂ, ਲੰਬੀ ਫਲਾਈਟ ਹੋਣੀ ਹੈ। ਨਵਾਬ ਸਾਹਿਬ ਅਗਲੀ ਰੇਡ ਵਿੱਚ ਕਾਲਿਆ ਕਰਦੇ ਗੱਲ ਦੇਖ ਸਾਹਮਣੇ ਨੌਜਵਾਨ ਮੈਦਾਨ ਦੇ ਵਿੱਚ ਸੋਨੂੰ ਕੋਟ ਵਾਂਗੂ ਰਾਜ ਦੀ ਧਰਤੀ ਦਾ ਪਾਉਣ ਦੇ ਲਈ ਵਾਧਾ ਹੋਇਆ, ਫਰਿਆਦ ਕਰਦਾ ਟਰਾਈ ਮੇਰੇ ਵੀਰੋ ਡੱਕਣ ਦੀ ਰੱਖਣ ਦੀ, ਕਿ ਆਥਣੇ ਨੀ ਮੇਰੀ ਇਹ ਸਾਥਣੇ ਨੀ, ਕੋਈ ਆਪਣਾ ਰੰਗ ਵਿਖਾ ਜਾ ਨੀ, ਜ਼ਿੰਦਗੀ ਦੇ ਪੰਨੇ ਕੋਰੇ ਨੇ ਰੰਗ ਦੇ ਚਾਰ ਕੁ ਛਿੱਟੇ ਲਾ ਜਾ ਨੀ। ਲਓ ਸੋਨੂੰ ਮੇਰੇ ਵੀਰੋ ਲੱਖਾਂ ਦੇ ਪੁਆਇੰਟ ਆਪਣੀ ਟੀਮ ਦੇ ਸੇ ਜੋੜ ਗਿਆ, ਅਗਲੀ ਕਬੱਡੀ ਸ਼ਹਿਯਾਦ ਅਲੀ ਪਾਉਣ ਦੇ ਲਈ ਵਾਧਾ ਹੋਇਆ। ਉੱਧਰ ਲੁਧਿਆਣੀਆਂ ਨੇ ਕਬੱਡੀ ਪਾਈ ਹੈ, ਤੇ ਇੱਧਰਲੇ ਪਾਸੇ ਕਹਿੰਦੇ ਹੁੰਦੇ ਜਲੰਧਰ ਜਾਂ ਕਬੱਡੀ ਪਾ ਰਿਹਾ ਨੌਜਵਾਨ।
ਸੁਨਾਮ ਦੇ ਵਿੱਚ ਪਹਿਲੀ ਵਾਰ ਜਿਹੜੀ ਚੈਂਪੀਅਨਸ਼ਿਪ ਜਿੱਤੀ ਸੀ ਤਾਂ ਜਲੰਧਰ ਨੇ ਸੁਨਾਮ ਸੰਗਰੂਰ ਦੇ ਵਿੱਚ ਜਿੱਤੀ ਸੀ। ਲਓ 1962 ਦੀਆਂ ਗੱਲਾਂ ਨੇ। ਇਧਰੇ ਪਾਸੇ ਸ਼ਹਿਜ਼ਾਦੀ ਸ਼ਹਿਜ਼ਾਦਾ, ਕਿਆ ਬਾਤ, ਕਿਹੋ ਜਿਹੇ ਸ਼ਬਦ ਨੇ। ਨਹੀਂ ਰੀਸਾ, ਇਹਦੇ ਬੱਚੇ ਵੀ ਹੈ। ਜੋਤੀ ਸਮਰੇ ਜੀ ਦਾ ਵੀ ਸੁੱਖ ਖੋਸਾ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇਹਨਾਂ ਵੀਰਾਂ ਦਾ ਮਾਣ ਸਨਮਾਨ ਵੀ ਹੋਣਾ, ਸਾਡੇ ਅਮਨ ਲੋਪੋ ਦਾ ਵੀ ਮਾਣ ਸਨਮਾਨ ਹੋਣਾ। ਅਮਨ ਵੀ ਸਾਡਾ ਇਸ ਵੇਲੇ ਵਰਲਡ ਦਾ ਉਹ ਬੁਲਾਰਾ ਹੈ ਜਿਹਦੀ ਆਵਾਜ਼ ਵਿੱਚ ਦਮ ਹੈ, ਜਿਹਦੇ ਸ਼ਬਦਾਂ ਦੀ ਚੋਣ ਨਵੇਕਲੀ ਹੈ। ਉੱਧਰਲੇ ਪਾਸੇ ਵੇਖੋ ਸਾਹਮਣੇ, ਔਰ ਨਹੀਂ ਰੀਸਾਂ, ਬੰਬ ਆ ਗਿਆ ਵੀ ਕਹਿੰਦੀ, ਬੰਬ ਆ ਗਿਆ, ਬੰਬ ਬਾਕੀ ਆ ਗਿਆ, ਬਾਕੀ ਆ ਗਿਆ। ਪਰ ਪਤਾ ਲੱਗਾ ਵੀ ਬੰਬ ਡਿੱਗ ਕੇ ਆਉਂਦੀ ਹੈ। ਸਰਦਾਰ ਜਗਿੰਦਰ ਸਿੰਘ ਜੀ ਸਰਾਏ, ਸਰਦਾਰ ਮੋਹਨ ਸਿੰਘ ਜੀ ਸਿੱਧੂ, ਕਾਲੇ ਵੀਰ ਮਾਫੀ ਚਾਹਾਂਗੇ। ਤੇ ਜੀ ਸੋਲ ਸਾਡਾ ਵੀਰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ, ਬਹੁਤ ਵੱਡਾ ਧੰਨਵਾਦ ਹੈ ਸਾਡੇ ਵੀਰ। ਜਿੱਥੇ ਸਮੁੱਚੀ ਜਿਹੜੀ ਕੈਨੇਡਾ ਵੈਸਟ ਦੀ ਟੀਮ ਹੈ, ਅੱਜ ਕਹਿੰਦੇ ਕੀਪੇ ਟਾਂਡੇ ਦਾ ਅਤੇ ਨਾਲ ਰਾਜੋ ਭੜੀ ਦੇ ਕੋਟਲੇ ਦਾ ਗੋਲਡ ਮੈਡਲ ਦਾ ਮਾਨ ਸਨਮਾਨ ਕੀਤਾ ਜਾਣਾ, ਸਮੁੱਚੀ ਸਾਡੀ ਕੈਨੇਡਾ ਵੈਸਟ ਦੇ, ਜਿੱਥੇ ਪ੍ਰਧਾਨ ਮਨਜੀਤ ਸਿੰਘ ਵਾਸੀ, ਵਾਈਸ ਪ੍ਰਧਾਨ ਜੋਤੀ ਸਮਰਾ ਜੀ, ਜਨਰਲ ਸੈਕਟਰੀ ਸਾਬੀ ਤਖਰ, ਰਿਕਾਰਡਿੰਗ ਸੈਕਟਰੀ ਹਰਪ੍ਰੀਤ ਸੇਵੀਆ, ਸਰਪ੍ਰਸਤ ਬਿੱਟਾ ਸੋਹੀ, ਖਜਾਨਚੀ ਮਨਜੀਤ ਲਾਲੀ ਬਿਆਰੀਪੁਰ, ਵਾਈਸ ਖਜਾਨਚੀ ਮੰਨਾ ਸੰਧੋ, ਜਸਵੰਤ ਵਾਸੀ, ਕੁਲਵੀਰ ਗਰੇਵਾਲ, ਸ਼ਨੀ ਸੋਤਾ, ਪਵਨ ਬਰਾੜ, ਜਤਿੰਦਰ ਸਿੰਘ ਲੱਖਾ ਗਾਜੀਪੁਰ, ਚਰਨਜੀਤ ਦਿਆਲ, ਜਸਵਿੰਦਰ ਕੰਗ, ਗੈਰੀ ਤੂਰ, ਭੂਰਾ ਕੜੂਆ, ਸ਼ਨੀ ਗਰੇਵਾਲ, ਅਮਰ ਚੀਮਾ, ਕੁਲਵਿੰਦਰ ਬਰਿਆ, ਤਲਵਿੰਦਰ ਬਰਿਆਣਾ, ਵਿੱਕੀ ਜੋਲ, ਦਲੇਰ ਪੱਡਾ, ਨਵੀਂ ਵਿਦੇਸ਼ਾ, ਜਰਨੈਲ ਥਿਆੜਾ, ਸੁੱਖ ਖੋਸਾ ਤੇ ਇਕਬਾਲ ਚਾਹਲ, ਉਹਨਾਂ ਦਾ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਉਧਰ ਸਰਦਾਰ ਨਿਰਭੈ ਸਿੰਘ ਜੀ ਚੀਮਾ, ਸਰਦਾਰ ਜਗਿੰਦਰ ਸਿੰਘ ਜੀ ਸਰਾਏ, ਸਰਦਾਰ ਮੋਹਨ ਸਿੰਘ ਜੀ ਸਿੱਧੂ, ਸਰਦਾਰ ਬੁੱਧ ਸਿੰਘ ਜੀ ਸਿੱਧੂ, ਹਰਦਿਆਲ ਸਿੰਘ ਜੀ ਸਿੱਧੂ ਕੌਂਕੇ, ਸਰਦਾਰ ਗੁਰਦਿਆਲ ਸਿੰਘ ਜੀ ਸਮਰਾ, ਜੋਤੀ ਸਮਰਾ ਜੀ, ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ। ਉੱਥੇ ਕਾਲੇ ਸਿੰਘ ਵਾਲੇ ਜਵਾਰੇ ਦਾ, ਮਨਜੀਤ ਸਿੰਘ ਜੀ ਬਾਸੀ ਦਾ, ਕਪੂਰੇ ਵਾਲੇ ਮੰਨੇ ਸੰਧੂ ਦਾ, ਤੇ ਨਾਲ ਹੀ ਜਸਵੰਤ ਸਿੰਘ ਜੀ ਬਾਸੀ ਦਾ, ਤੇ ਨਾਲ ਸਾਡੇ ਵੀਰ ਮੰਗੀ ਸੰਘੇੜੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਰਦੂਲ ਥਿਆੜੇ ਦਾ, ਇੰਡੀਆ ਦੀ ਟੀਮ ਦੇ ਸਵਰਨ ਨਾਲ, ਸੇਵਾ ਸਿੰਘ ਜੀ, ਸੁਨਣ ਬੱਲੀ ਸੰਘਾ, ਲਾਡੀ ਗਿੱਲ, ਬਾਬਾ ਜਾਮ ਸਿੰਘ ਗਿੱਲ, ਕਿੰਦੂ ਰਮੇਦੀ, ਭਜਨ ਤਿੰਦ, ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ, ਹੈਲੋ ਸੁਰਿੰਦਰ ਨਿੱਜਰ, ਇਸ ਜੰਗ ਕਬੱਡੀ ਕਲੱਬ ਦੇ ਵੱਲੋਂ ਇਸ ਸਾਲ ਜਿਹੜੀ 2024 ਦੇ ਵਿੱਚ ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਦੇ ਨੁਮਾਇੰਦੇ ਜਸਵਿੰਦਰ ਸਿੰਘ ਜੀ ਸ਼ੋਕਰ ਪ੍ਰਧਾਨ, ਸ਼ੇਰਾ ਮੰਡੇਰ ਜੀ ਵਾਈਸ ਪ੍ਰਧਾਨ, ਸਿੱਧੂ ਇੱਕ ਮਿੰਟ ਜੀ, ਸੁੱਖਾ ਰੰਧਾਵਾ ਜੀ ਡਾਇਰੈਕਟਰ, ਮਲਕੀਤ ਸਿੰਘ ਜੀ ਦਿਓਰ, ਇੰਦਰਜੀਤ ਸਿੰਘ ਜੀ ਧੋਗਾ, ਮੇਜਰ ਸਿੰਘ ਜੀ ਨੱਤ, ਸਾਰਿਆਂ ਅਹੁਦੇਦਾਰਾਂ ਦਾ ਗੋਲਡ ਮੈਡਲ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ। ਪਰ ਕਬੱਡੀ ਨੌਜਵਾਨ ਕੌਣ, ਕੋਟਲੀ ਵਾਲਾ ਯਾਦ ਗੁਰਮੇਸ਼ ਸਿੰਘ ਦਾ ਸਪੁੱਤਰ ਹੈ, ਪਰ ਸਾਜੀ ਯੰਗ ਵਾਲਿਆਂ ਦਾ ਸਫਲ ਹੋ ਗਿਆ ਕੱਪ, ਕੀਤਾ ਗਿਆ ਬਹੁਤ ਬਹੁਤ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੇ ਵੀਰ ਜਸ ਸੋਹਲ ਹੋਰਾਂ ਦਾ ਕਿ ਵੱਡੇ ਯੋਗਦਾਨ ਮੇਰੇ ਵੀਰ ਅੱਜ ਦੇ ਇਸ ਟੂਰਨਾਮੈਂਟ ਦੇ ਲਈ। ਨਾਲ ਹੀ ਜਿੱਥੇ ਕਹਿੰਦੇ ਵੀ ਪਹਿਲਾ ਬੈਸਟ ਰੇਡਰ ਦਾ ਜੋ ਕਿ ਪ੍ਰਾਈਜ਼ ਸਾਡੇ ਵੀਰ ਅਮਨਦੀਪ ਸਿੰਘ ਜੀ ਤੇ ਰੈਂਬੋ ਸਿੱਧੂ ਕੌਂਕੇ ਇਹਨਾਂ ਭਰਾਵਾਂ ਵੱਲੋਂ ਦਿੱਤਾ ਜਾਣਾ ਹੈ, ਉੱਥੇ ਹੀ ਗੋਲਡ ਮੈਡਲ ਦੇ ਨਾਲ ਵੱਡੇ ਮਾਨ ਸਨਮਾਨ ਹੋਣੇ ਨੇ। ਆਓ ਸਾਹਮਣੇ ਕੌਣ ਕਬੱਡੀ ਦਾ ਡੀਟੀਓ ਇਸ ਸਮੇਂ ਵੇਖਣਾ ਵੀ ਚੱਪਾ 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 ਆਓ ਨਿਰਾਨ ਦੇ ਵਿੱਚ
ਅਰਸ਼ ਚੋਲੇ ਵਾਲਾ ਲੈ ਵੀ ਪਿਰਤਿਆ ਵੇਖ ਮਨ ਸਿੰਘ ਡੁਲਤ ਆ ਗਿਆ ਰੇਡ ਦੇ ਉੱਤੇ ਜਿੜਵੇ ਵਾਲਾ ਮਨ ਸਿੰਘ ਦੁਲਟ ਇਸ ਵੇਲੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਪੱਟੀ ਗਈ ਖੋਚਾ ਸਾਬੀ ਜੀ ਨੇ ਇਸ਼ਾਰਾ ਕਰ ਦਿੱਤਾ ਵੀ ਪੁਆਇੰਟ ਆ ਜਿਹੜਾ ਉਹ ਸਟੋਪਰ ਦਾ ਬਲਵੰਤ ਸਿੰਘ ਦੀ ਸੰਧੂ ਦਾ ਤੇ ਨਾਲ ਭੇਟਾਂ ਵਾਲੇ ਬਿੱਲਾ ਸਿੱਧੂ ਜਾਂ ਸਿੱਧੂ ਜੀ ਦਾ ਵੀ ਅੱਜ ਗੋਲਡ ਮੈਡਲ ਦੇ ਨਾਲ ਕੌਕਿਆਂ ਵਾਲੇ ਰੈਂਬੋ ਸਿੱਧੂ ਜੀ ਦਾ ਮਾਨ ਸਨਮਾਨ ਹੋਣਾ ਇੱਧਰ ਅਗਲੀ ਰੇਡ ਦਿੜਬੇ ਵਾਲੇ ਲੁੱਦਰ ਦੀ 41 ਸਾਲਾਂ ਦੀ ਉਮਰ ਆ ਜਿਹੜੇ ਜਿਹੜੇ ਲੁੱਦਰ ਦੀ ਖੇਡ ਨੂੰ ਪਿਆਰ ਕਰਦੇ ਆ ਤਾੜੀਆਂ ਜ਼ੋਰਦਾਰ ਦਰਸ਼ਕ ਵੀਰੋ ਇਹਦਾ ਹਰ ਪੁਆਇੰਟ ਸੁਰਜੀਤ ਢਿੱਲੋਂ ਤੇ ਸਨੀ ਸਹੋਤਾ ਦੀ ਵੱਲੋਂ 200 ਦਾ ਹੋਣਾ ਕਲਸੀ ਵਾਲੇ ਰਵੀ ਦੀ ਰੇਡ ਲਓ ਰਵੀ ਦੀ ਰੇਡ ਹੈ ਉੱਥੇ ਹੀ ਦਲਜੀਤ ਸਿੰਘ ਜੀ ਸਹੋਤਾ ਕਿ ਜਿਹਨਾਂ ਦਾ ਅੱਜ ਕਹਿੰਦੇ ਯੰਗ ਕਬੱਡੀ ਕਲੱਬ ਦੀ ਤਰਫੋਂ ਕਹਿੰਦੇ ਗੋਲਡ ਮੈਡਲ ਦੇ ਨਾਲ ਮਾਨ ਸਨਮਾਨ ਕਾਲੇ ਸੰਘਿਆਂ ਵਾਲੇ ਜਵਾਰੇ ਦਾ ਔਰ ਸੁਰਜੀਤ ਸਿੰਘ ਜੀ ਕਕਰਾਲੀ ਦਾ ਅਮਨ ਸਿੰਘ ਲੋਪੋਂ ਦਾ ਨਾਲ ਪਲਵਿੰਦਰ ਸਿੰਘ ਬਿੱਲਾ ਸਿੱਧੂ ਰੈਂਬੋ ਸਿੱਧੂ ਜੱਸੀ ਸਰਾਏ ਉਹਨਾਂ ਦਾ ਜੋਤੀ ਸਮਰੇ ਉਹਨਾਂ ਦਾ ਗੋਲਡ ਮੈਡਲ ਦਾ ਮਾਨ ਸਨਮਾਨ ਆਓ ਵੇਖ ਸਾਹਮਣੇ ਵੀ ਕੀ ਬਣ ਗਿਆ ਆਹ ਕੌਣ ਮਾਂ ਦਾ ਬੱਬਰ ਸ਼ੇਰ ਪੁੱਤ ਕਹਿੰਦੇ ਆਦਮਵਾਲ ਦੀ ਧਰਤੀ ਮਲੇਰਕੋਟਲੇ ਦਾ ਏਰੀਆ ਸ਼ੇਰ ਮੁਹੰਮਦ ਖਾਂ ਦੀ ਧਰਤੀ ਹੈ ਆਓ ਵੇਖੋ ਸਾਹਮਣੇ ਵੀ ਲਾਜਫਾ ਇਹ ਆ ਕਹਿੰਦੇ ਆਦਮਵਾਲੀਆ ਸ਼ਨੀ ਆਪਣੀ ਟੀਮ ਦੇ ਹਿੱਸੇ ਇਸ ਜਫੇ ਤੋਂ ਜਿਹੜਾ ਪਹਿਲਾ ਜਫਾ ਅਰਸ਼ ਚੋਲਾ ਸਾਹਿਬ ਨੇ ਲਾਇਆ ਤੇ ਜੀ ਸੋਹਲ ਦੇ ਵੱਲੋਂ $100 ਉਹਦੇ ਲਈ ਪੁੱਜਦਾ ਕੀਤਾ ਗਿਆ ਹਾਂਜੀ ਹੈਰੀ ਜੀ ਲਓ ਬਹੁਤ ਹੀ ਸ਼ਾਨਦਾਰ ਮੈਚ ਦੂਸਰਾ ਸੈਮੀ ਫਾਈਨਲ ਮੈਚ ਉਹ ਦੇਖੋ ਸਾਹਮਣੇ ਭੱਜ ਕੇ ਲੱਤੀ ਲੱਗਿਆ ਨੌਜਵਾਨ ਕਹਿੰਦੇ ਘੜੂਆ ਘੜੂਆਂ ਵਾਲਾ ਭੂਰਾ ਵੀ ਬੈਠਾ ਹੈ ਆਪ ਬੜੀ ਤਕੜੀ ਕਬੱਡੀ ਖੇਡੀ ਹੈ ਲੈ ਵੀ ਪਿਰਤਿਆ ਸ਼ੰਕਰ ਜਹਾਜ਼ ਆ ਗਿਆ ਉਧਰ ਜੈਲਦਾਰ ਸੀਸਾ ਸੰਘਾ ਦੀ ਉਹ ਵੀ ਬੀਸੀ ਤੋਂ ਮੁਬਾਰਕਬਾਦ ਭੇਜ ਰਹੇ ਆ ਜਵਾਰਾ ਕਹਿੰਦੇ ਐਨ ਤਜਰਬੇਕਾਰ ਆ ਤੇ ਖੜੇ ਮਾਰਨ ਥਾਪੀਆਂ ਵੀ ਤੋਚੀ ਲੱਖਾਂ ਜਵਾਰਾ ਲਾਲੀ ਲੋਕੀ ਗੱਲਾਂ ਕਰਨ ਖੜੇ ਭੀਮਾ ਮੰਦਰ ਮੁੜਨਾ ਖਾਲੀ ਉਹ ਬੈਲੀ ਭੱਜ ਤੁਰਿਆ ਜੀਤੇ ਮੋੜਨਾ ਪੰਗਾ ਪਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਅੱਜ ਦੇ ਟੂਰਨਾਮੈਂਟ ਦੇ ਲਈ ਅਮਨਦੀਪ ਸਿੰਘ ਤੇ ਨਾਲ ਕਹਿੰਦੇ ਕੌਂਕੇ ਪਿੰਡ ਦੇ ਰੈਂਬੋ ਸਿੱਧੂ ਹੋਣਾ ਦਾ ਬੈਸਟ ਰੇਡਰ ਦੇ ਲਈ ਇਹਨਾਂ ਭਰਾਵਾਂ ਦੇ ਵੱਲੋਂ ਮਾਨ ਸਨਮਾਨ ਦਿੱਤੇ ਜਾਣਗੇ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਬੀ ਤੱਖਰ ਦੀ ਜੋਤੀ ਸਮਰਾ ਦੀ ਸੋਨੂ ਸਮਰਾ ਸੁੱਖ ਖੋਸਾ ਦੀ ਜਵਾਰਾ ਕਾਲੇ ਸੰਘਿਆਂ ਵਾਲਾ ਮੰਨਾ ਕਪੂਰਿਆਂ ਵਾਲਾ ਟੀਮ ਨੂੰ ਲੈ ਕੇ ਪੁੱਜੇ ਹੋਏ ਲੁੱਦਰ ਦੀ ਰੇਡ ਚਾਰ ਜਾਫੀ ਆ ਕਾਲੇ ਸੰਘਿਆਂ ਵਾਲਾ ਘੋਦਾ ਆਸਟ੍ਰੇਲੀਆ ਤੋਂ ਆਇਆ ਹੋਇਆ ਪਰ ਨੌਜਵਾਨ ਕੌਣ ਭਦੌੜ ਵਾਲੇ ਪੱਪੂ ਦਾ ਇਸ਼ਾਰਾ ਵੀ ਪੁਆਇੰਟ ਲੁੱਦਰ ਦਾ ਹੈਰੀ ਮੰਡੇਰ ਦਾ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਹਰਮਨ ਕਾਲੜੇ ਉਹਨਾਂ ਦਾ ਅੱਜ ਦੇ ਇਸ ਯੰਗ ਦੇ ਕੱਪ ਦੇ ਲਈ ਗੁਰਦਾਸਪੁਰੀ ਸੰਦੀਪ ਉਹਨਾਂ ਦਾ ਵੀ ਵੱਡਾ ਯੋਗਦਾਨ ਇੱਧਰ ਰੀਪਲੇ ਦੀ ਮੰਗ ਦਰਸ਼ਕ ਵੀਰੋ ਇੱਕ ਗੱਲ ਦੱਸਿਓ ਜੇ ਤੇ ਯੰਗ ਦਾ ਕੱਪ ਦੇਖਣ ਆਇਆ ਦਾ ਮੁੱਲ ਮੁੜ ਗਿਆ ਇਮਾਨਦਾਰੀ ਨਾਲ ਤਾੜੀਆਂ ਜ਼ੋਰਦਾਰ ਮਾਰ ਦਈਏ ਆਪਾਂ ਰੈਂਬੋ ਜੀ ਮੇਲਾ ਸਫਲ ਆ ਇਹ ਪਰਮਾਤਮਾ ਦੀ ਮਿਹਰ ਆ ਇੱਧਰ ਅਗਲੀ ਰੇਡ ਰੀਪਲੇ ਉੱਥੇ ਹੀ ਕਰਮਜੀਤ ਸਿੰਘ ਦੀ ਸੁੰਨੜ ਬਲਵੰਤ ਸਿੰਘ ਦੀ ਸੰਧੂ ਦਲਜੀਤ ਸਿੰਘ ਦੀ ਸਹੋਤਾ ਬੰਤ ਸਿੰਘ ਦੀ ਨੇਜਰ ਕੇ ਜੀ ਐਸ ਟਰਾਂਸਪੋਰਟ ਦੇ ਜਿੰਦਰ ਬੁੱਟਰ ਕਲਵਾਨ ਢੀਂਡਸਾ ਦੀ ਸਤਨਾਮ ਸਿੰਘ ਦੀ ਸਰਾਏ ਬਿੰਦੀ ਸਰਾਏ ਜੀ ਉੱਧਰ ਨੇਲ ਨਿੱਜਰ ਕਹਿੰਦਾ ਵੀ ਜੇ ਦਲਜਿੰਦਰ ਔਜਲਾ ਜੱਫਾ ਲਾਵੇ ਤੇ $500 ਹੋਵੇਗਾ ਹਾਂਜੀ ਹੈਰੀ ਜੀ ਕਰਿਓ ਗੱਲ ਉੱਥੇ ਹੀ ਕਹਿੰਦੇ ਆਟੋਬਾਨ ਦੇ ਹਰਵਿੰਦਰ ਵਾਸੀ ਤੇ ਸੁਖਾ ਵਾਸੀ
ਵਿਸ਼ੇਸ਼ ਤੌਰ ਤੇ ਧੰਨਵਾਦ ਨਾਲ ਹੀ ਐਚ ਕੇ ਯੂਨਾਈਟਿਡ ਗਰੁੱਪ ਦੇ ਸਾਡੇ ਮੰਡ ਬ੍ਰਦਰ ਔਰ ਹੈਪੀ ਸਿੰਘ ਅਤੇ ਬੂਟੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਨਾਲ ਹੀ ਸਾਡੇ ਨਿਰਭੈ ਸਿੰਘ ਜੀ ਚੀਮਾ, ਜਗਿੰਦਰ ਸਿੰਘ ਜੀ ਸਰਾਏ, ਨਿਰਮਲ ਸਿੰਘ ਸਿੱਧੂ ਔਰ ਬੁੱਧ ਸਿੰਘ ਸਿੱਧੂ ਅਤੇ ਨਾਲ ਹਰਪਾਲ ਸਿੰਘ ਸਿੱਧੂ ਅਤੇ ਗੁਰਦਿਆਲ ਸਿੰਘ ਜੀ ਸਮਰਾ, ਇਹ ਸਾਡੇ ਬਾਬੇ ਨੇ ਜਿਨ੍ਹਾਂ ਨੇ ਬਦੌਲਤ ਅੱਜ ਆਪਾਂ ਇੱਥੇ ਬੈਠੇ ਹੈ। ਆਓ ਵੇਖ ਸਾਹਮਣੇ ਵੀ ਕੌਣ ਸ਼ਹਿਜਾਦ ਅਲੀ ਸ਼ਕਰਪੁਰ ਦੀ ਧਰਤੀ ਦਾ ਇਸ ਸਮੇਂ ਕਬੱਡੀ ਪਾ ਰਿਹਾ, ਪਰ ਦੂਜੇ ਪਾਸੇ ਆਹ ਮੁੰਡਾ ਭੱਜ ਕੇ ਲੱਤੀ ਲੱਗਿਆ। ਇਸ ਸਮੇਂ ਨੌਜਵਾਨ ਲਾਜਫਾ ਆਪਣੀ ਟੀਮ ਦੇ ਹਿੱਸੇ ਲਾਓ ਸੰਦੀਪ ਦਿੜਵੇ ਦਾ ਇਸ ਸਮੇਂ ਕਬੱਡੀ ਪਾਉਣ ਦੇ ਲਈ ਅੱਗੇ ਨੂੰ ਵਾਧਾ ਹੋਇਆ। ਸਾਹਮਣੇ ਚਾਰ ਜਾਫੀ ਨੇ ਲੈ ਵੀ ਸੁੱਖਿਆ, ਆਓ ਵੇਖ ਲੈ ਨੌਜਵਾਨ ਹੈ ਵੀ ਗੱਭਰੂ ਦੀ ਪਈ ਹੋਈ ਕਬੱਡੀ ਹੈ, ਤੈਂ ਵੀ ਬੜੀ ਤਕੜੀ ਕਬੱਡੀ ਖੇਡੀ ਹੈ ਰੰਧਾਵੇ ਮਸੰਦਾ ਦੇ ਸੁੱਖੇ ਦੀ ਗੱਲ। ਆਓ ਵੇਖੋ ਸਾਹਮਣੇ ਖੇਡ ਮੈਦਾਨ ਦੇ ਵਿੱਚ ਲੁੱਦਰ ਤੇ ਫਰਿਆਦ, ਪਰ ਪੱਪੂ ਇਹ ਕਹਿੰਦੇ ਆਪਣੇ ਸਮੇਂ ਦਾ ਆਲ ਇੰਡੀਆ ਇੰਟਰਵਰਸਿਟੀ ਗੋਲਡ ਹੈ ਉਧਰ ਕਰ ਗਿਆ। ਏਕਮ ਸਿੱਧੂ, ਸਾਹਿਲ ਸਿੱਧੂ, ਈਸ਼ਰ ਸਿੱਧੂ, ਰੈਂਬੋ ਸਿੱਧੂ ਜੀ ਦੇ ਪੂਰੇ ਪਰਿਵਾਰ ਦਾ, ਹਰਦਿਆਲ ਸਿੰਘ ਜੀ ਸਿੱਧੂ ਉਹਨਾਂ ਦਾ ਧੰਨਵਾਦ। ਕਹਿੰਦੇ ਵੀ ਕੌਂਕੇ ਪਿੰਡ ਆ, ਕੌਂਕੇ ਪਿੰਡ ਨੂੰ ਕਬੱਡੀ ਦੀ ਬਕਸਾ ਗੱਡੀ ਤੂਰ ਕਹਿੰਦੇ ਇੰਡੀਆ ਤੋਂ ਇਸ ਖੇਡ ਕਲੱਬ ਦੇ ਨਾਲ ਜੁੜਿਆ ਹੋਇਆ। ਪਰ ਨੌਜਵਾਨ ਕਲਸੀਆਂ ਵਾਲਾ ਰਵੀ ਇਸ ਵੇਲੇ, ਉਧਰ ਸਾਡੇ ਵੀਰ ਮਨਵੀਰ ਮਾਂਗ ਟੁਣੀ ਉਹ ਵੀ ਪੁੱਜੇ ਹੋਏ ਆ, ਗਗਨ ਦੇ ਫਰੈਂਡ ਆ, ਸਮੁੱਚੀ ਵੈਨਕੂਵਰ ਕਲੱਬ ਦੇ ਨਾਲ ਜੁੜੇ ਗਗਨ ਧਾਲੀ ਆਲੂਣੀ, ਸਨੀ ਸੋਹਤਾ ਜੀ, ਸਰਜੀਤ ਸਿੰਘ ਜੀ ਢਿੱਲੋਣੀ, ਪਰ ਨੌਜਵਾਨ ਸੋਨੂ ਕੋਟ ਵਾਲਾ ਇਸ ਵੇਲੇ ਟਰਾਂਟੋ ਦੇ, ਅੰਟਾਰੀਓ ਦੇ, ਲੰਡਨ ਦੇ ਵਿੱਚ, ਕੈਨੇਡਾ ਦਾ ਕਹਿੰਦੇ ਟਰਾਂਟੋ, ਅਮਰੀਕਾ ਦਾ ਨਿਊਯਾਰਕ, ਤੇ ਕਹਿੰਦੇ ਉੱਥੇ ਇਟਲੀ ਦਾ ਰੋਮ, ਤੇ ਇੰਗਲੈਂਡ ਦਾ ਕਹਿੰਦੇ ਲੰਡਨ, ਪਰ ਅੱਜ ਆ ਲੰਡਨ ਅੰਟਾਰੀਓ ਸ਼ਹਿਰ। ਪੁਆਇੰਟ ਕਿਹਦਾ ਜੀ? ਪੁਆਇੰਟ ਰੇਡਰ ਦਾ। ਉਧਰ ਨੀਲ ਇਜ ਨੇ ਐਲਾਨ ਕਰ ਦਿੱਤਾ ਵੀ ਜੇਕਰ ਦੀਪਾ ਮਠੱਡਿਆਂ ਵਾਲਾ ਜਫਾ ਲਾਉਂਦਾ ਹੈ ਤੇ $500 ਦਿੱਤਾ ਜਾਣਾ ਹੈ। ਨੀਲ ਨਿਜਰ ਉਹਨਾਂ ਦੇ ਵੱਲੋਂ ਵੱਡੇ ਮਾਣ ਹੋਣਗੇ ਜੇ ਕਹਿੰਦੇ ਜੱਫਾ ਲੱਗੇਗਾ। ਦੂਸਰਾ ਸੈਮੀ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ, ਇੱਕ ਪਾਸੇ ਇੰਡੀਆ ਔਰ ਦੂਸਰੇ ਪਾਸੇ ਕੈਨੇਡਾ ਬੈਸਟ, ਦੋਨੇ ਟੀਮਾਂ ਦੇ ਦਰਮਿਆਨ ਬਹੁਤ ਹੀ ਸ਼ਾਨਦਾਰ ਮੈਚ ਹੈ। ਔਰ ਦੋ ਬੁਲਟ ਮੋਟਰਸਾਈਕਲ ਲਵੀ ਹਰੀਵੀਰ ਮਾਫੀ ਚਾਹਾਂਗੇ। ਅੱਜ ਦੇ ਇਸ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ ਹੈ ਜਿਹੜਾ ਕਿੰਗ ਟੋਇੰਗ ਦੇ ਸਾਡੇ ਸੁੱਖਾ ਢੇਸੀ ਅਤੇ ਸਨੀ ਢੇਸੀ ਤੇ ਨਾਲ ਕੂਨਰ ਫਲੀਟ ਸਰਵਿਸ USA ਤੋਂ ਗੋਪੀ ਕੂਨਰ, ਐਵਰੈਸਟ ਤੋਂ ਐਂਡੀ ਗਰੇਵਾਲ ਤੇ ਨਿਊ ਮਿਲੀਨੀਅਮ ਟਾਰ ਦੇ ਇੰਦਰਜੀਤ ਧੁੱਗਾ, ਵੀਰਪਾਲ ਧੁੱਗਾ ਤੇ ਕਾਲਾ ਧੁੱਗਾ। ਸੈਕੰਡ ਪ੍ਰਾਈਜ਼ OTT ਅਤੇ ਨਿਸ਼ਾਨ ਟਰਾਂਸਪੋਰਟ ਕਗਰਾਲੀ ਸਾਹਿਬ ਰੇਡੀਏਟਰ ਦੇ ਨਾਪਧੇਰ। ਹਾਂਜੀ, 1 ਮਾਰਚ ਨੂੰ ਦੁਆਬਾ ਸਪੋਰਟਸ ਕਲੱਬ ਦੇ ਵੱਲੋਂ ਜਿਹੜੇ ਸੀਨੀਅਰ ਖਿਡਾਰੀ ਆ ਦੁਆਬੇ ਦੇ, ਸੋਨੂ ਜੰਪ, ਸੁਰਖਪੁਰੀਆ ਦੁੱਲਾ ਪੰਮਾ ਧੰਜੂ, ਮਹਿੰਦਰ ਸਿੰਘ ਜੀ ਸੁਰਖਪੁਰ ਥਾਣੇਦਾਰ ਜੀ, ਬਲੇਰ ਖਾਨਪੁਰੀਆ ਬੋਲਾ, ਉਹਨਾਂ ਨੇ ਐਲਾਨ ਕਰਾ ਦਿੱਤਾ ਵੀ 1 ਮਾਰਚ ਨੂੰ ਕਪੂਰਥਲੇ ਦੇ ਵਿੱਚ ਵੱਡਾ ਕੱਪ ਹੋਵੇਗਾ। ਉਸ ਕੱਪ ਦੇ ਲਈ ਸੱਦਾ ਤੇ ਖਜੂਰਲੇ ਦੀਆਂ ਖੇਡਾਂ ਮਸ਼ਹੂਰ ਆ, ਬੰਦਰੇਜਰ ਜੀ ਕਹਿੰਦੇ ਉਹਨਾਂ ਦਾ ਵੀ ਜ਼ਿਕਰ ਜ਼ਰੂਰ ਕਰਿਓ। ਮਾਫੀ ਚਾਹਾਂਗੇ, ਬਹੁਤ ਬਹੁਤ ਧੰਨਵਾਦ ਹੈ ਸ਼ਾਹ ਟਰਾਂਸਪੋਰਟ ਦੇ ਜਸਵੀਰ ਕੁਲਾਰ, ਅਲਾਇੰਸ ਵਰਕਿੰਗ ਦੇ ਅਮਨ ਤੋਰ, ਜਸਵਿੰਦਰ ਢੇਂਡਸਾ, ਅਟਲਾਂਟਿਕ ਰੇਡੀਏਟਰ ਦੇ ਨਾਪਧੇਰ, ਏਸ਼ੀਅਨ ਫੂਡ ਸੈਂਟਰ ਦਾ, ਨਿਊ ਬੈਸ ਦੇ ਸੁਰਜੀਤ ਦਾ, ਹਾਈ ਬੈਂਡ ਟਰੱਕ ਸੇਲ ਦੇ ਸਾਡੇ ਸਰਬਜੀਤ ਗਿੱਲ, ਜਸਪਾਲ ਸਿੱਧੂ ਜੀ, ਪ੍ਰਿੰਸ ਸੈਣੀ, TXC ਤੇ ELD, AR&OceanLand ਦੇ ਧੀਰਾ ਸੰਧੂ ਤੇ ਸ਼ਿੰਦਾ ਸੰਧੂ, RB ਟਰੱਕ ਸੈਂਟਰ ਦੇ ਗੇਲੇ ਪੱਤੜ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, RB ਟਰੱਕ ਸੈਂਟਰ ਦੇ ਗੇਲੇ ਪੱਤੜ ਉਹਨਾਂ ਦਾ।
ਤੇ ਨਾਲ ਦੀ ਨਾਲ ਟਲੈਂਟਸ ਰੇਡੀਏਟਰ ਦੇ ਨਾ ਪੰਧੇਰ ਉਹਨਾਂ ਦਾ ਇਹਦੇ ਅਗਲੀ ਰੇਡ ਕੇ ਪਾਉਣਾ ਭੰਗੜਾ ਤੇ ਖੇਡਣੀ ਕਬੱਡੀ ਦੋ ਸ਼ੌਕ ਮਿੱਤਰਾਂ ਦੇ ਨੌਜਵਾਨ ਕੌਣ ਸ਼ਾਕਰਪੁਰੀਆ ਇਸ ਵੇਲੇ ਕਬੱਡੀ ਬਣਾਉਣ ਦੇ ਲਈ ਵਧਿਆ ਹੋਇਆ ਸੁਰਖਪੁਰੀਆ ਤਲਵੰਡੀ ਚੌਧਰੀ ਵਾਲਾ ਆ ਤੇ ਕਹਿੰਦੇ ਆਈ ਤੇ ਆਇਆ ਕੁਝ ਵੀ ਕਰ ਦਿੰਦਾ ਕਿ ਮੈਂ ਆ ਕਰ ਦੂ ਮੈਂ ਬੋ ਕਰ ਦੂ ਆਦਤ ਨਹੀਂ ਸੁਰਲੀਆਂ ਛੱਡਣ ਦੀ ਸਾਡੀ ਰੱਬ ਨੇ ਡਿਊਟੀ ਲਾਈ ਹੈ ਕਿ ਧੌਣਾ ਚੋਂ ਕੀਲੇ ਕੱਢਣ ਦੀ ਲਓ ਧੌਣਾ ਚੋਂ ਕੀਲੇ ਕੱਢਣ ਦੀ ਡਿਊਟੀ ਹੈ ਲਓ ਵੇਖੋ ਸਾਹਮਣੇ ਕੱਢਾਂਗੇ ਜ਼ਰੂਰ ਆਓ ਸਾਹਮਣੇ ਵੇਖ ਮੈਦਾਨ ਦੇ ਵਿੱਚ ਆ ਮੁੰਡਾ ਬੜਿੰਗਾ ਦਾ ਇਸ ਵੇਲੇ ਖਡੂਰ ਸਾਹਿਬ ਦੀ ਧਰਤੀ ਦਾ ਆ ਨਹੀਂ ਰੀਸਾਂ ਪਲੇ ਹਾਰੇ ਜਾਈਏ ਜੀ ਉੱਤੇ ਮੁਕਾਬਲਾ ਆਓ ਵਾਹ ਆਓ ਗੱਭਰੂਆ ਜਦ ਲੈ ਵੀ ਪਿੜਤਿਆ ਪਿਛਲੇ ਸਾਲ ਰਵੀ ਵੈਸਟ ਬਣਿਆ ਨਾ ਔਰ ਨਾਲ ਕਹਿੰਦੇ ਰਵੀ ਸਾਹੋਕੇ ਵਾਲੇ ਦੋਨੇ ਰਵੀਆਂ ਦੀ ਗੱਲ ਹੋਈ ਹੈ ਔਰ ਇਸ ਸਾਲ ਵੇਖਦੇ ਆ ਵੀ ਕੌਣ ਆ ਕੈਨੇਡਾ ਕਬੱਡੀ ਕੱਪ ਦਾ ਕਹਿੰਦੇ ਵੀ ਬੈਸਟ ਬਣਦਾ ਲੈ ਵੀ ਭੂਰਿਆ ਵੇਖ ਲਾ ਤੇਰਾ ਵੀ ਜ਼ੋਰ ਲੱਗਾ ਪਿਆ ਆਓ ਕਬੱਡੀ ਦਾ ਬਰੂਸਲੀ ਮੈਦਾਨ ਦੇ ਵਿੱਚ ਇੱਕ ਪਾਸੇ ਜਹਾਜ ਪੁਆਇੰਟ ਕਹਿੰਦੇ ਸ਼ੰਕਰ ਦਾ ਦਰਸ਼ਕ ਵੀਰੇ ਸਕਰੀਨ ਕੰਨੀ ਝਾਤ ਮਾਰਿਆ ਪੁਆਇੰਟ ਕਿੰਨੇ ਕਿੰਨੇ ਆ ਇਹ ਪਿਰਤਿਆ ਸਕਰੀਨ ਕਣੀ ਦੇਖਿਆ ਤਾਂ ਤਾੜੀਆਂ ਵੱਜੀਆਂ ਨੇ ਕਹਿੰਦਾ ਐਨ ਬਰਾਬਰ ਦਾ ਮੁਕਾਬਲਾ ਚੱਲਦਾ ਹੈ ਕਿ ਦੋਹੀ ਦਲੀ ਮੁਕਾਬਲਾ ਰਣ ਗੱਜਣ ਸੂਰੇ ਕਿ ਦੋਹੀ ਬਾਲੂ ਜੱਟ ਇਸ ਵੇਲੇ ਬਾਈ ਮੈਚਾਂ ਦਾ ਨਜ਼ਾਰਾ ਆ ਰਿਹਾ ਤਾਂ ਤਾੜੀਆਂ ਮਾਰਦੇ ਜ਼ੋਰਦਾਰ ਜਦੋਂ ਤੁਸੀਂ ਤਾੜੀਆਂ ਮਾਰਦੇ ਨਾ ਫਿਰ ਨਜ਼ਾਰਾ ਹੋਰ ਵੱਜ ਜਾਂਦਾ ਫਿਰ ਹੋਰ ਗੱਲ ਕਬੱਡੀ ਤੇ ਸੋਨੇ ਤੇ ਸੁਹਾਗੇ ਵਾਲੀ ਬਣ ਜਾਂਦੀ ਆ ਫਰਿਆਦ ਬਾਲੂ ਜੱਟ ਦੋ ਕਬੱਡੀ ਦੇ ਐਨ ਚੋਟੀ ਦੇ ਸਟਾਰ ਬਾਲੂ ਜੱਟ ਨਹੀਂ ਕਿਸੇ ਤੋਂ ਘੱਟ ਕਪੂਰੇ ਵਾਲੇ ਮੰਨੇ ਸੰਧੂ ਉਹਨਾਂ ਨੇ ਸ਼ਾਬਾਸ਼ ਦਿੱਤੀ ਆ ਉਧਰ ਤਲਵਿੰਦਰ ਸਾਡਾ ਵੀਰ ਬਰਿਆਣਾ ਜਰਨੈਲ ਸਿਆਰੇ ਉਹਨਾਂ ਦਾ ਧੰਨਵਾਦ ਕਲਸੀ ਵਾਲਾ ਰਵੀ 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 ਇੰਦਰਜੀਤ ਦਾ ਵੀਰ ਜਨੇਤਪੁਰੀਆ ਬਿੰਦੀ ਗੱਲਾਂ ਕਰਦਾ ਹੁੰਦਾ ਟ੍ਰੇਜਰ ਟਰਾਂਸਪੋਰਟ ਵਾਲਾ ਵੀ ਆਹ ਮੁੰਡਾ ਮਿਹਨਤ ਕਰਦਾ ਰਿਹਾ ਆਉਣ ਵਾਲੇ ਟਾਈਮ 'ਚ ਸਰਾ ਕਰੂੰਗਾ ਪਰ ਨੌਜਵਾਨ ਕੌਣ ਮਹਾਨ ਖਿਡਾਰੀ ਦੀਪੇ ਦਾ ਸਪੁੱਤਰ ਪਰ ਪੁਆਇੰਟ ਰਵੀ ਦਾ ਲੈ ਵੀ ਸਾਹਮਣੇ ਮੈਦਾਨ ਦੇ ਵਿੱਚ ਵੇਖ ਵੀ ਕੋਟ ਗੰਗੂ ਰਾਏ ਪਿੰਡ ਹੈ ਕਹਿੰਦੇ ਵੀ ਜਿੱਥੋਂ ਦੀ ਆ ਬੈਲ ਗੱਡੀਆਂ ਜਦ ਭੱਜਦੀਆਂ ਨਾ ਆਓ ਵੇਖ ਸਾਹਮਣੇ ਵੀ ਬੈਲ ਗੱਡੀ ਵਾਂਗੂ ਭੱਜਿਆ ਜਾਂਦਾ ਤੇ ਪੁਆਇੰਟ ਜੋੜ ਗਿਆ ਇਸ ਸਮੇਂ ਕੈਨੇਡਾ ਬੈਸਟ ਦੀ ਟੀਮ ਦੇ ਹਿੱਸੇ ਦੇ ਵਿੱਚ ਇੱਕ ਅੰਕ ਦਾ ਵਾਧਾ ਕਰ ਗਿਆ ਆ ਗਿਆ ਨੌਜਵਾਨ ਇਸ ਸਮੇਂ ਮੈਦਾਨ ਦੇ ਵਿੱਚ ਫਕੀਰ ਹੁਸੈਨ ਦਾ ਪੁੱਤ ਜਿਹਨੇ ਹੁਣ ਕਬੱਡੀ ਪਾਈ ਹੈ ਸਾਹਮਣੇ ਵੇਖਦਾ ਵੀ ਮਾਨਕੀ ਦਾ ਗੋਪੀ ਹੈ ਅੱਜ ਟੋਨੀ ਕਾਲਖ ਜੀ ਵੀ ਬੈਠੇ ਹੈ ਔਰ ਕਹਿੰਦੇ ਵੀ ਜਿਹਨਾਂ ਨੇ ਤਿਆਰ ਕੀਤਾ ਇਹ ਖਿਡਾਰੀ ਮੇਰੇ ਵੀਰੋ ਜਦ ਜਸ ਤੇ ਗੋਪੀ ਦੀ ਮਸ਼ਹੂਰ ਹੈ ਜੋੜੀ ਪਰ ਵੇਖ ਸਾਹਮਣੇ ਕੌਣ ਔਰ ਸਾਬੀ ਜਨਾਲੀ ਵਾਲੇ ਦਾ ਫੈਸਲਾ ਹੈ ਵੀ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਜੁੜ ਗਿਆ ਉਧਰ ਸਾਡੇ ਦਰਮਿਆਨ ਹਰਜੀਤ ਸਿੰਘ ਜੀ ਬਾਜਵਾ ਉਹ ਵੀ ਚੇਚੇ ਤੌਰ ਤੇ ਪੁੱਜੇ ਹੋਏ ਆ ਗਲੋ ਫਲੀਟ ਤੋਂ ਅਸੀਂ ਜੀਆਂ ਨੂੰ ਆਖ ਰਹੇ ਹਾਂ ਲੋਧਰ ਦੀ ਰੇਡ ਗੱਭਰੂ ਦੀ ਉਮਰ ਕਹਿੰਦੇ ਹੋ ਗਈ ਸਾਲ 41 ਪਰ ਕਹਿੰਦੇ ਮੈਦਾਨਾਂ ਦੇ ਵਿੱਚ ਅੱਜ ਵੀ ਧੁੰਮ ਪਾਈ ਹੋਈ ਆ ਦੜਬੇ ਵਾਲਾ ਕਹਿੰਦੇ ਸ਼ਾਨ ਜੱਟ ਇਸ ਵੇਲੇ ਲੋਧੜ ਬਘੇਲ ਸਿੰਘ ਘਮਾਣ ਦਾ ਪੁੱਤਰ ਪਰ ਔਲਖਾ ਵਾਲਾ ਲੋਧਰ 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 ਕਹਿੰਦੇ ਲੰਦਨ 'ਚ ਹੋ ਗਈ ਬਣਵਾਉਣੇ ਵਾਲਿਆ ਲੋਧਰ ਲੋਧਰ
ਹੋ ਗਈ, ਵਿਰਤਿਆ ਲੁੱਦਰ ਲੁੱਦਰ ਹੋ ਗਈ, ਤੇ ਵੇਖ ਸ਼ਹਿਜ਼ਾਦਾ ਸ਼ਹਿਜ਼ਾਦਾ ਵੀ ਹੋ ਗਈ। ਲੈ ਹੁਣ ਵੇਖ ਵੀ ਪਾਈ ਹੋਈ ਕਬੱਡੀ ਹੈ, ਤਾੜੀਆਂ ਵੱਜਣਗੀਆਂ। ਇੱਕ ਪਾਸੇ ਮਠੱਡਿਆਂ ਵਾਲਾ, ਆਓ ਕਹਿੰਦੇ ਹਿੱਕ ਦੇ ਜ਼ੋਰ ਤੇ ਗੱਲ ਵੱਖਰੀ ਕਰਦਾ, ਆਓ ਸਾਹਮਣੇ ਪਈ ਹੋਈ ਕਬੱਡੀ ਦੇ ਉੱਤੇ ਯੋਧਾ ਜਾਂ ਫਿਰ ਕੌਣ। ਇਹ ਕਹਿੰਦੇ ਪੁਆਇੰਟ ਇਸ ਸਮੇਂ ਸ਼ਹਿਜ਼ਾਦ ਅਲੀ ਸ਼ਕਰਪੁਰੀਆ ਜੋੜ ਗਿਆ ਸਾਡੀ ਦਾ ਪੁਆਇੰਟ ਆ। ਹੁਣ ਰੇਡਰ ਅਗਲਾ ਕੌਣ ਸੋਨੂੰ, ਜਦੋਂ ਕਹਿੰਦੇ ਅੰਟਾਰੀਓ ਦਾ ਸੀਜ਼ਨ ਹੁੰਦਾ, ਇੱਕ ਰਾਤ ਤੇ ਪਲੇਅਰਾਂ ਨੂੰ ਪਹਿਲਾਂ ਨੀਂਦ ਨਹੀਂ ਆਉਂਦੀ ਵੀ ਕੱਲ ਨੂੰ ਮੈਚ ਆ, ਫਿਰ ਜਿੱਦਣ ਮੈਚ ਹੁੰਦਾ ਉਦਣ ਜ਼ੋਰ ਇੰਨਾ ਲੱਗ ਜਾਂਦਾ ਵੀ ਦੋ ਦਿਨ ਸਰੀਰ ਰੈਸਟ ਮੰਗਦਾ। ਇਹ ਟੋਰਾਂਟੋ ਦੀ ਕਬੱਡੀ ਆ, ਇਹ ਜੰਗ ਵਾਲਿਆਂ ਦਾ ਕੱਪ ਆ, ਤੇ ਫਰਿਆਦ ਨੇ ਕਹਿੰਦੇ ਸਿਰਾ 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 ਅੱਤ ਕੋਕਾ ਐਂਡ ਕਿੱਲ ਬਾ ਸ਼ਕਰਪੁਰੀਆ, ਧੰਨ ਧੰਨ ਕਰਵਾ ਦਿੱਤੀ ਆ ਸ਼ੰਕਰ ਦੀ ਰੇਡ। ਇਹ ਕਹਿੰਦੇ ਵੀ ਜਦ ਨੌਜਵਾਨ ਪਹਿਲੇ ਸਾਲ ਆਇਆ ਸੀ ਨਾ ਤਾਂ ਬੈਸਟ ਜਾਫੀ ਬਣਿਆ ਸੀ ਫਰਿਆਦ, ਅੱਜ ਗੱਲਾਂ ਵੱਖਰੀਆਂ ਹੋਣਗੀਆਂ। ਲਓ ਸ਼ੰਕਰ ਦੀ ਕਬੱਡੀ ਹੈ, ਉਧਰ ਅਮੈਰੀਕਨ ਸਿਸਟਮ ਦੇ ਹੈਰੀ ਮੰਡੇਰ ਤੇ ਡੀਸੀ ਫਰਾਈਡ ਦੇ ਹਰਮਨ ਕਾਲੜੇ ਹੋਰਾਂ ਦਾ ਵਿਸ਼ੇਸ਼ ਤੌਰ ਤੇ ਕਹਿੰਦੇ ਵੀ ਧੰਨਵਾਦ ਕਰ ਦਿਓ। ਲਓ ਵੇਖੋ ਸਾਹਮਣੇ ਇਹ ਫੈਸਲਾ ਕਿੱਧਰ ਨੂੰ ਹੁੰਦਾ ਹੈ, ਔਰ ਸਮਾਂ ਦੇਖਦਿਆਂ ਵੀ ਉਧਰ ਸਕਰੀਨ ਵੱਲ ਨਿਗਾਹ ਮਾਰੀਏ, ਪਿਰਤਿਆ ਵੇਖ ਵੀ 19 ਕੀ ਦਾ ਫਰਕ ਹੈ ਚੋਟੀ ਦਾ ਮੈਚ। ਉਧਰ ਬਾਬਾ ਜੋਰ ਸਿੰਘ ਦੀ ਗਿੱਲ ਲਾਡੀ ਗਿੱਲ ਹੋਣੀ ਵੀ ਇੰਡੀਆ ਦੀ ਟੀਮ ਦੇ ਮੇਨ ਸਪੌਂਸਰ ਆ। ਪਿਰਤਾ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਦਲਜੀਤ ਸਿੰਘ ਜੀ ਔਜਲਾ, ਜਸਵੰਤ ਸਿੰਘ ਜੀ ਬੱਲ, ਜੱਗੀ ਕਲਸੀਆਂ ਤੇ ਪਰਗਣ ਔਜਲਾ ਜੀ ਨਿਊਜਰਸੀ ਅਮਰੀਕਾ ਤੋਂ, ਇਹਨਾਂ ਵੀਰਾਂ ਦਾ ਅੱਜ ਦੇ ਕੱਪ ਲਈ ਬਹੁਤ ਵੱਡਾ ਯੋਗਦਾਨ ਹੈ। ਸੁਰਖਪੁਰ ਦੇ ਦਲਜੀਤ ਔਜਲੇ ਦਾ, ਸਰਦਾਰ ਜਸਵੰਤ ਸਿੰਘ ਜੀ ਬੱਲ ਦਾ, ਕਲਸੀਆਂ ਵਾਲੇ ਜੱਗੀ ਦਾ ਤੇ ਪਰਗਣ ਔਜਲੇ ਦਾ ਬਹੁਤ ਬਹੁਤ ਧੰਨਵਾਦ ਹੈ, ਜਿਹੜੇ ਨਿਊਜਰਸੀ ਤੋਂ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਧਰ $200 J&J ਵੱਲੋਂ ਅਗਲੇ ਜਫੇ ਲਈ ਦਿੱਤਾ ਜਾਣਾ, ਉਹਨਾਂ ਦਾ ਧੰਨਵਾਦ ਹੈ। ਲੋਧਰ ਦੀਆਂ ਜਿੰਨੇ ਹੁਣ ਲੋਧਰ ਪੁਆਇੰਟ ਜੋੜੂ ਸਰਦੀਪ ਢਿੱਲੋਂ ਤੇ ਸਨੀ ਸੋਤਾ ਜੀ ਵੱਲੋਂ $200 ਹੋਣਾ। ਕੀਪਰ ਟਾਂਡੇ ਦਾ ਵੀ ਅੱਜ ਮਾਨ ਸਨਮਾਨ, ਅੱਜ ਜੋਤੀ ਸਵਰਾ ਜੀ ਉਹਨਾਂ ਨੂੰ ਵੀ ਗੋਲਡ ਮੈਡਲ, ਕਾਲੇ ਸਿੰਘ ਵਾਲੇ ਜਵਾਰੇ ਦਾ ਗੋਲਡ ਮੈਡਲ, ਲੋਪੋ ਵਾਲੇ ਅਮਨ ਦਾ ਵੀ ਗੋਲਡ ਮੈਡਲ ਨਾਲ ਸਨਮਾਨ, ਸਮੁੱਚੀ ਫੈਡਰੇਸ਼ਨ ਦੇ ਸਾਰੇ ਨੁਮਾਇੰਦਿਆਂ ਨੂੰ ਵੀ ਗੋਲਡ ਮੈਡਲ ਪਾਇਆ ਜਾਣਾ। ਮੈਂ ਵੀ ਪਿਰਤਿਆ ਹੈਰੀ ਮੰਡੇਰ ਅਮੈਰੀਕਨ ਸਿਸਟਮ ਦੇ ਤੇ ਹਰਮਨ ਕਾਲਾ ਡੀਸੀ ਫਰਾਈਡ ਕਹਿੰਦੇ ਅਰਸ਼ ਦੇ ਹਰ ਜਫੇ ਤੇ $500 ਹੋਵੇਗਾ, $500 ਹੋਵੇਗਾ ਮੇਰੇ ਵੀਰੋ। ਉਧਰ $500 ਹੈਰੀ ਮੰਡੇਰ ਤੇ ਹਰਮਨ ਕਾਲੜੇ ਵੱਲੋਂ, ਪਰ ਨੇਲ ਨੀਧਰ ਨੇ ਐਲਾਨ ਕਰ ਦਿੱਤਾ ਵੀ ਦਲਜਿੰਦਰ ਦਾ ਵੀ ਜਫਾ 500 ਦਾ, ਸ਼ਹਿਜ਼ਾਦ ਅਲੀ ਤੇ ਮਾਰੀ ਜਦੋਂ ਛਾਲ ਲਾ ਕੇ ਜ਼ੋਰ ਪੱਟਾ ਨਾਲ, ਫਿਰ ਅੱਖ ਦੀ ਝਪਕ ਨਾਲ ਕਮਾਲ ਜਿਹਾ ਹੋ ਗਿਆ। ਖੈਰਿਆਂ ਦਾ ਜਿੰਦੂ ਅੱਖ ਧਾਵੀ ਪਲਾਂ ਵਿੱਚ ਆ ਗਿਆ। ਉਧਰ ਨਿਊ ਮਿਲੇਨੀਅਮ ਟਾਇਰ ਸੈਂਟਰ ਦੇ ਅੰਦਰ ਜੀ ਧੁੱਗੇ ਹੋਰਾਂ ਦਾ ਕਹਿੰਦੇ $100 ਸਰਦਾਰ ਦਲਜੀਤ ਸਿੰਘ ਜੀ ਸੋਤਾ, ਟੋਰਾਂਟੋ ਟਰੱਕ ਟਾਇਰ ਸੈਂਟਰ ਵਾਲੇ ਸ਼ਾਜੀ ਸ਼ਕਰਪ੍ਰੀਆ ਦੇ ਲਈ $100 ਪੁੱਜਦਾ ਕਰ ਰਹੇ ਹੈ। ਉਧਰ ਬਹੁਤ ਬਹੁਤ ਧੰਨਵਾਦ ਸਾਡੇ ਹਨੀ ਖਹਿਰਾ ਤੇ ਬਲਜੀਤ ਉਹਨਾਂ ਦਾ, ਬੀਸੀ ਦੇ ਐਵ ਸਪੋਰਟ ਤੋਂ। ਪਰ ਲੁੱਦਰ ਦੀ ਰੇਡ, ਅਗਲੀ ਰੇਡ ਕਿਹਦੀ ਪੈਣੀ ਆ, ਨੌਜਵਾਨ ਕੌਣ? ਦਰਸ਼ਕ ਵੀਰੇ ਜੰਗ ਵਾਲਿਆਂ ਦਾ ਕੱਪ ਕਿੱਦਾਂ ਲੱਗਿਆ, ਤਾੜੀਆਂ ਮਾਰ ਦਿਓ ਜ਼ੋਰਦਾਰ। ਲੈ ਤਾੜੀਆਂ ਵੱਜੀਆਂ ਨੇ ਪਿਰਤਿਆ, ਉਧਰ ਬਲਜੀਤ ਸਿੰਘ ਵਾਸੀ ਚੂਹੇ ਮੇਲਾ ਕਹਿੰਦੇ ਸਿਰੇ ਦਾ ਚੱਲ ਰਿਹਾ ਹੈ, ਕਬੱਡੀ ਸਿਰੇ ਦੀ ਚੱਲ ਰਹੀ ਹੈ। ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਸਾਡੇ ਸਨੀ ਢੇਸੀ ਤੇ ਸੁੱਖਾ ਢੇਸੀ ਕਿੰਗ ਟੋਇੰਗ ਵਾਲੇ ਸਾਡੇ ਵੀਰ ਜਿਹਨਾਂ ਵੱਲੋਂ ਪਹਿਲਾ ਪ੍ਰਾਈਜ਼ ਜਿਹੜਾ ਉਹ ਸਪੌਂਸਰ ਕੀਤਾ ਜਾ ਰਿਹਾ ਹੈ। ਅਟਲਾਂਟਿਕ ਰੇਡੀਏਟਰ ਦੇ ਨਾ ਪੰਧੇਰ ਉਹਨਾਂ ਦੀ ਸਾਰੀ ਟੀਮ ਦਾ,
ਹਾਂਜੀ ਪਿਰਤਾ ਜੀ, ਇਧਰ ਲਾਸਟ ਰੇਡ ਫਰਿਆਦ ਤੇ ਮਲੂਕ ਦਾ ਵੀਰ ਸਾਜੀ, ਜਿਹੜਾ ਇਹਨੂੰ ਫੜ ਦੇ ਫਿਰ ਥਾਪੀਆਂ ਮਾਰ ਕੇ ਮੋੜਦਾ ਭਾਜੀ, ਹੁਣ ਜਾਫੀ ਚੋ ਚੋ ਕੋਟਲੀ ਵਾਲਾ ਲਵੀ ਸ਼ਕਰਪੁਰੀਆ ਨਜ਼ਾਰਾ ਆ ਗਿਆ ਚੀਮਿਆ ਨਜ਼ਾਰਾ ਆ ਗਿਆ। ਉਧਰ ਬਲਜੀਤ ਸਿੰਘ ਜੀ ਵਾਸੀ ਚੂਹੇ ਕੀ ਵੱਡੇ ਮਾਨ ਜਿਹੜੇ ਪੁੱਜਦੇ ਕਰਦੇ, ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਡੈਰੀ ਪਲੂਰ ਸਾਡੇ ਵੀਰ ਦਾ, ਵਿਸ਼ੇਸ਼ ਤੌਰ ਤੇ ਧੰਨਵਾਦ ਰਵਿੰਦਰ ਵਾਸੀ ਜੀ। ਆਓ ਕਹਿੰਦੇ ਮੈਦਾਨ ਦੇ ਵਿੱਚ ਵੇਖਦੇ, ਲੈ ਵੀ ਨਿਗਾਹ ਮਾਰਿਓ ਕਿਹੜਾ ਵੀ ਸਕੋਰ ਬੋਰਡ ਦੇ ਉੱਤੇ ਇੰਡੀਆ ਦੇ ਪੁਆਇੰਟ ਜਿਹੜੇ ਸੈਮੀਫਾਈਨਲ ਮੈਚ ਦੇ ਵਿੱਚ ਕੈਨੇਡਾ ਬੈਸਟ ਜਿਹੜੇ ਪੁਆਇੰਟ ਰਹੇ। ਕਰਮਜੀਤ ਸਿੰਘ ਜੀ ਸੁਣਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਧੰਨਵਾਦ ਜੀ। ਦਲਜੀਤ ਸਿੰਘ ਜੀ ਸੋਤਾ ਟਾਂਟੋ ਟੱਕ ਟਾਇਰ ਸੈਂਟਰ ਵੱਲੋਂ $100 ਜਿਹੜਾ ਉਹ ਸ਼ਾਜੀ ਦੇ ਲਈ ਹੋਰ ਫਾਇਦਾ ਕੀਤਾ ਗਿਆ। ਜੇ ਐਂਡ ਜੇ ਵਾਲੇ ਸਾਡੇ ਵੀਰ ਉਹਨਾਂ ਵੱਲੋਂ $100 ਸ਼ਾਜੀ ਦੇ ਲਈ। ਸੋਤਾ ਸਾਹਿਬ ਆਹ $100 ਹੋਰ ਫੜਿਓ, ਸੋਤਾ ਸਾਹਿਬ $100 ਦਲਜੀਤ ਸਿੰਘ ਜੀ ਸੋਤਾ ਹੋਰ ਫੜ ਕੇ ਲੈ ਕੇ ਜਾਇਓ, ਮਿਹਰਬਾਨੀ ਹੋਵੇਗੀ। ਹੁਣ ਜਿਹੜੇ ਸਨਮਾਨ ਕੀਤੇ ਜਾਣੇ ਆ ਸਾਡੇ ਕਬੱਡੀ ਦੇ ਪੁਰਾਣੇ ਸਟਾਰ ਖਿਡਾਰੀਆਂ ਦੇ, ਉਹਨਾਂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤੇ ਜਾਣੇ ਆ। ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਵਰ, ਸਨੀ ਕਾਲੇ ਸੰਗਿਆਂ ਵਾਲਾ ਜਿੱਥੇ ਵੀ ਵਾਸ ਸੁਣਦਾ ਉਹਦਾ $100 ਮੇਰੇ ਕੋਲ ਹੈ। ਸਨੀ ਕਾਲੇ ਸੰਗਿਆਂ ਵਾਲਾ ਉਹ ਕਮੈਂਟਰੀ ਬਾਕਸ ਤੋਂ ਆ ਕੇ ਲੈ ਜਾਵੇ ਜੀ। ਸਨੀ ਕਾਲੇ ਸੰਗਿਆਂ ਵਾਲਾ ਸਾਡੇ ਵੀਰ ਜੰਟੀ ਉਹਨਾਂ ਨੇ ਸ਼ਾਜੀ ਸ਼ਕਰ ਪਰ $100 ਮੇਰੇ ਕੋਲੋਂ ਲੈ ਲਿਓ। ਸ਼ਾਜੀ ਸ਼ਕਰ ਪਰ ਸਨੀ ਭੇਜੀ ਬੰਦਾ ਦੀਪੇ ਭਾਜੀ, ਓਕੇ ਦੀਪੇ ਭਾਜੀ, ਦੀਪਾ ਮਠੱਡਾ ਜੀ ਭਾਜੀ ਆਹ $100 ਸ਼ਾਜੀ ਨੂੰ ਫੜਾ ਕੇ, ਭੱਜ ਕੇ ਆਹ $100 ਸ਼ਾਜੀ ਉਹ ਸਾਹਮਣੇ ਖੜਾ ਫੜਾ ਕੇ। ਤੇ ਰੈਂਬੋ ਸਿੱਧੂ ਨੂੰ ਬੇਨਤੀ ਹੈ ਬਾਈ ਜੀ ਆਪਾਂ ਸ਼ਾਜੀ ਦਾ ਪਜਰਾ ਕਰ ਦਿਓ ਜੀ। ਰੈਂਬੋ ਸਿੱਧੂ ਕੌਂਕਿਆਂ ਵਾਲਾ ਜਿੱਥੇ ਆਵਾਜ਼ ਸੁਣਦਾ ਹੈ, ਰੈਂਬੋ ਸਿੱਧੂ ਪਲੀਜ਼ ਸਾਡੀ ਮੰਚ ਦੇ ਨੇੜੇ ਆ ਜਾਵੇ। ਰੈਂਬੋ ਸਿੱਧੂ ਜੀ ਅਮਰਜੀਤ ਕਬੱਡੀ ਫੈਡਰੇਸ਼ਨ ਆਫ ਅੰਟੈਰੀਓ ਦੇ ਯੂਟਿਊਬ ਚੈਨਲ 'ਤੇ ਜਿੰਨੀਆਂ ਵੀ ਸੰਗਤਾਂ ਹੁਣ ਤੱਕ ਲਾਈਵ ਕਬੱਡੀ ਦੇ ਨਾਲ ਜੁੜੀਆਂ ਹੋਈਆਂ, ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲੈਣ। ਹੁਣ ਮੇਰੇ ਨਾਲ ਦਲਜੀਤ ਸਿੰਘ ਸਹੋਤਾ, ਕਰਮਜੀਤ ਸੁੰਨੜ, ਨਾਲ ਸਾਜੀ ਸ਼ਕਰਪੁਰੀਆ ਅਤੇ ਸਤਨਾਮ ਸਰਾਏ ਸਾਹਿਬ। ਪਹਿਲਾਂ ਤਾਂ ਤੁਹਾਡਾ ਚੌਹਾਂ ਹੀ ਭਰਾਵਾਂ ਦਾ ਲਾਈਵ ਕਬੱਡੀ 'ਤੇ ਬਹੁਤ ਬਹੁਤ ਸਵਾਗਤ ਔਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਲਾਈਵ ਕਬੱਡੀ ਦੇ ਸੁਣਨ ਵਾਲੇ ਸਾਰੇ ਹੀ ਦਰਸ਼ਕਾਂ ਦਾ, ਅਤੇ ਅੱਜ ਜਿਹੜਾ 2024 ਦਾ ਕੈਨੇਡਾ ਕਬੱਡੀ ਕੱਪ ਪਹਿਲੀ ਤਾਂ ਗੱਲ ਆ ਯੰਗ ਕਬੱਡੀ ਕਲੱਬ ਨੂੰ ਬਹੁਤ ਬਹੁਤ ਵਧਾਈਆਂ ਕਿ ਬਹੁਤ ਹੀ ਇਹਨਾਂ ਨੇ ਮਿਹਨਤ ਕਰਕੇ ਅੱਜ ਦਾ ਜਿਹੜਾ ਕੱਪ ਸਕਸੈਸਫੁੱਲ ਕੀਤਾ ਹੈਗਾ। ਆਲਮੋਸਟ ਸੋਲਡ ਆਊਟ ਆ ਕੱਪ ਇਹ, ਅਤੇ ਉੱਤੋਂ ਜਿਹੜੀ ਆਪਾਂ ਇੰਡੀਆ ਦੀ ਟੀਮ GDA ਕਬੱਡੀ ਕਲੱਬ ਵੱਲੋਂ ਸਪੋਂਸਰ ਹੋਈ ਸੀ, ਅਤੇ ਆਪਾਂ ਫਾਈਨਲ ਦੇ ਵਿੱਚ ਪਹੁੰਚ ਗਏ ਹਾਂ, ਅਤੇ ਸਾਡੀ ਵੀ ਸਾਰਿਆਂ ਦੇ ਹੌਸਲੇ ਬੜੇ ਬੁਲੰਦ ਆ, ਅਤੇ ਹੁਣ ਦੇਖਦੇ ਹਾਂ ਕਿ ਫਾਈਨਲ ਮੈਚ ਕਿਹਦੇ ਨਾਲ ਪੈਂਦਾ ਜੀ। ਹਾਂ ਬਲਵੰਤ ਸੰਧੂ ਸਾਹਿਬ, ਤੁਸੀਂ ਪਹਿਲੀ ਵਾਰ ਸਾਡੇ ਡੇਕੇ ਆਏ, ਆਪਣੇ ਜਿਹੜੇ ਦਿਲ ਦੇ ਬਲਬਲੇ ਆ ਟੀਮ ਦੇ ਲਈ ਕਰੋ ਸਾਂਝੇ। ਚਲੋ ਕੋਈ ਨਹੀਂ, ਹਾਂਜੀ ਪਹਿਲਾਂ ਤਾਂ ਜੀ ਮੈਂ ਯੰਗ ਸਪੋਰਟਸ ਕਲੱਬ ਵੱਲੋਂ ਸਾਡੀ GTA ਕਲੱਬ ਵੱਲੋਂ ਬਹੁਤ ਬਹੁਤ ਮੁਬਾਰਕਾਂ। ਬਹੁਤ ਵਧੀਆ ਟੂਰਨਾਮੈਂਟ ਭਰਿਆ, ਚਾਰ ਸਵੇਰੇ ਇਕੱਠ ਆ ਪੂਰਾ ਫੋਲਿਆ, ਬਾਕੀ ਸਾਨੂੰ ਬਹੁਤ ਖੁਸ਼ੀ ਆ, ਟੀਮ ਨੇ ਵਧੀਆ ਪਰਫੋਰਮੈਂਸ ਦਿਖਾਲੀ ਆ, ਭਾਵੇਂ ਸਾਡੇ ਪਲੇਅਰਾਂ ਦੇ ਸੱਟਾਂ ਲੱਗ ਗਈਆਂ ਪਰ ਮੈਚ ਸਾਜੀ ਸ਼ਕਰਪੁਰੀਆ ਨੇ ਬਹੁਤ ਵਧੀਆ ਰੇਡਾਂ ਪਾ ਕੇ ਪਹਿਲੇ ਮੈਚ ਵੀ ਅਤੇ ਹੁਣ ਸੈਮੀਫਾਈਨਲ 'ਚ ਵੀ ਬਹੁਤ ਵਧੀਆ ਪਰਫੋਰਮੈਂਸ ਕੀਤੀ। ਧੰਨਵਾਦ ਸਾਜੀ। ਜਦੋਂ ਤੁਸੀਂ ਛਾਲ ਮਾਰੀ ਆ ਜਿੰਨੇ ਤੁਹਾਡੀ ਟੀਮ ਦੇ ਇੰਡੀਆ ਦੀ ਟੀਮ ਦੇ ਸਪੋਂਸਰ ਸੀ,
ਚਾਹੇ ਇਧਰਲੇ ਪਾਸੇ ਬੁੱਟਰ ਸਾਹਿਬ, ਸਰਾਏ ਸਾਹਿਬ ਔਰ ਸੋਤਾ ਸਾਹਿਬ, ਇੱਧਰ ਸੰਧੂ ਸਾਹਿਬ ਤੇ ਨਾਲ ਕਰਮਜੀਤ ਸੁੰਨੜ ਸਾਹਿਬ, ਇਹਨਾਂ ਦਾ ਦਿਲ ਇੰਨਾ ਖੁਸ਼ ਸੀ ਵੀ ਰੱਬ ਹੀ ਪੁੱਛਿਆ ਜਾਣੇ, ਤੁਸੀਂ ਕੀ ਸਮਝਦੇ ਹੋ? ਪਹਿਲਾਂ ਤਾਂ ਜੀ ਸਲਾਮ ਵਾਲੇ ਅਤੇ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਪ੍ਰਮੋਟ ਕਰਕੇ ਬੁਲਾਇਆ, ਕਬੱਡੀ ਲਾਈਵ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਹਿਲੇ ਮੈਚ ਮੈਂ ਤਾਂ ਨਹੀਂ ਖੇਡਿਆ, ਮੇਰੇ ਪੈਰ ਦੇ ਸਟਿੱਚ ਲੱਗੇ ਸੀ। ਦੂਜੇ ਮੈਚ ਫਿਰ ਮੈਨੂੰ ਭਾਅ ਜੀ ਉਹਨਾਂ ਨੇ ਕਿਹਾ, ਫਰਿਆਦ ਇੰਦਰਜੀਤ ਨੇ ਕਿਹਾ, ਫਿਰ ਇਹਨਾਂ ਨੇ ਕਰਕੇ ਮੈਂ ਸਟਿੱਚ ਖੋਲ੍ਹ ਕੇ ਅਤੇ ਟੀਮ 'ਚ ਐਂਟਰੀ ਕੀਤੀ। ਅਤੇ ਪਹਿਲੀ ਵਾਰ ਦੇਖਿਆ ਵੀ ਜਦੋਂ ਤੁਸੀਂ ਵੱਧ ਵੱਧ ਚੜ੍ਹ ਚੜ੍ਹ ਕੇ ਰੇਡਾਂ ਪਾ ਰਹੇ ਸੀ, 35ਵੇਂ ਨੰਬਰ 'ਤੇ ਜਾ ਕੇ ਜਦੋਂ ਤੁਸੀਂ ਛਾਲ ਮਾਰੀ, ਇਹ ਐਨਰਜੀ, ਇਹ ਹੌਸਲਾ ਆਲੇ ਦੁਆਲੇ ਜਿੰਨੀਆਂ ਵੀ ਸੰਗਤਾਂ ਬੈਠੀਆਂ ਉਹਨਾਂ ਤੋਂ ਮਿਲਿਆ? ਹਾਂਜੀ ਹਾਂਜੀ, ਇਹ ਤਾਂ ਹੌਸਲਾ, ਬਾਹਰ ਬੈਠੇ ਜਿਹੜੇ ਦਰਸ਼ਕ ਦੇ ਉਹਨਾਂ ਤੋਂ ਬਹੁਤ ਜ਼ਿਆਦਾ ਪਿਆਰ ਕਰਦੇ, ਉਹਨਾਂ ਕਰਕੇ ਹੌਸਲਾ ਮਿਲਿਆ ਅਤੇ ਮੈਂ ਦੂਜੇ ਮੈਚ 'ਚ ਐਂਟਰੀ ਕਰਕੇ ਅਤੇ ਫਿਰ ਇਹ ਐਕਸ਼ਨ ਕਰਨਾ ਪਿਆ। ਬਹੁਤ ਬਹੁਤ ਧੰਨਵਾਦ। ਸਰਾਏ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਸਾਡੀ GTS ਸਪੋਰਟਸ ਕਲੱਬ ਵੱਲੋਂ ਯੰਗ ਸਪੋਰਟਸ ਕਲੱਬ ਨੂੰ ਬਹੁਤ ਜ਼ਿਆਦਾ ਵਧਾਈਆਂ। ਬੜੇ ਸਾਲਾਂ ਬਾਅਦ ਐਡਾ ਵੱਡਾ ਕੱਪ ਰਿਹਾ, ਬੜਾ ਸਕਸੈਸਫੁਲ ਕੱਪ ਰਿਹਾ, ਅਤੇ ਇਹ ਸਾਰਿਆਂ ਨੂੰ ਇਹ ਜਿੱਤ ਜਿਹੜੀ ਆ, ਪਲੇਅਰਾਂ ਨੇ ਬਹੁਤ ਜ਼ਿਆਦਾ ਜ਼ੋਰ ਮਾਰਿਆ, ਇਹ ਸਾਰਿਆਂ ਦੀ ਜਿੱਤ ਆ ਜਿਹੜੀ। ਸਪੈਸ਼ਲੀ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਹੀ ਸਾਡੇ ਸਪੋਰਟਰਾਂ ਦਾ, ਕਲੱਬ ਦਾ ਤਾਂ ਹੈਗਾ ਹੀ ਆ, ਅਸੀਂ ਸਾਰੇ ਤਾਂ ਲੱਗੇ ਹੋਈ ਹਾਂ ਉਹਦੇ 'ਚ। ਸਾਡੇ ਸੁੱਖੇ ਰੰਧਾਵੇ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਸਪੋਰਟ ਕੀਤੀ ਕੱਲ੍ਹ ਦਾ ਲੱਗਾ ਨਾਲ, ਇਹ ਭਰਾ ਆ ਛੋਟਾ ਸਾਡਾ, ਅਤੇ ਬਾਕੀ ਸਾਡੀ ਸਾਰੀ ਕਲੱਬ ਬੜੇ ਜ਼ੋਰਾਂ 'ਚ ਲੱਗੀ ਹੋ ਵਾ। ਵਾਹਿਗੁਰੂ ਕਿਰਪਾ ਕਰੇ, ਫਾਈਨਲ ਮੈਚ ਵਧੀਆ ਹੋਊਗਾ, ਸਾਰਿਆਂ ਨੂੰ ਸੋਹਣਾ ਮੈਚ ਦੇਖਣ ਨੂੰ ਮਿਲੂਗਾ। ਸੁੱਖੇ ਟੀਮ ਜਿਹੜੀ ਆ ਫਾਈਨਲ ਦੇ ਵਿੱਚ ਪੁੱਜ ਗਈ ਆ, ਕਿੰਨੀ ਕੁ ਖੁਸ਼ੀ ਆ? ਆਪਣੀ ਖੁਸ਼ੀ ਆ, ਆਪਣੇ ਭਰਾਵਾਂ ਸਾਰਿਆਂ ਨੂੰ ਕੇ ਜ਼ੋਰ ਮਾਰਿਆ, ਆਪਣੀ ਟੀਮ ਫਾਈਨਲ 'ਚ ਪਹੁੰਚ ਗਈ, ਆਪਾਂ ਨੂੰ ਇਹ ਆਸ ਸੀ ਆਪਣੇ ਪਲੇਅਰਾਂ ਤੋਂ ਵੀ ਆਪਾਂ ਫਾਈਨਲ 'ਚ ਪਹੁੰਚ ਗਏ ਹਾਂ, ਹੁਣ ਫਾਈਨਲ ਵਿੱਚ ਪੂਰਾ ਜ਼ੋਰ ਮਾਰਨਗੇ। ਠੀਕ ਆ ਜੀ, ਬੁੱਟਰ ਸਾਹਿਬ। ਹਾਂਜੀ, ਪਹਿਲਾਂ ਤਾਂ ਜੀ ਸਾਰੇ ਜਿੰਨੇ ਵੀ ਆਪਣੇ ਲਾਈਵ ਭੈਣ ਭਰਾ ਦੇਖ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਦੂਜਾ ਜੋ ਜੰਗ ਦਾ, ਉਹਨਾਂ ਨੂੰ ਵੀ ਕੱਪ ਹੋਇਆ, ਜਿਹਨਾਂ ਨੂੰ ਵੀ ਵਧਾਈਆਂ ਦਿੰਦੇ ਹਾਂ, ਬਹੁਤ ਵਧੀਆ ਸਕਸੈਸਫੁੱਲ ਕੱਪ ਹੋਇਆ, ਕਾਫੀ ਸੰਗਤ ਨੇ ਸਹਿਯੋਗ ਦਿੱਤਾ ਜਿਹੜੇ ਇੱਥੇ ਪਹੁੰਚ ਕੇ ਵੀ। ਸਟੇਡੀਅਮ ਵੀ ਬਹੁਤ ਸੋਹਣਾ ਆ, ਪਰ ਥੋੜ੍ਹਾ ਦੂਰ ਸੀ, ਪਰ ਫਿਰ ਵੀ ਸੰਗਤ ਪਹੁੰਚੀ, ਜਿਹੜੇ ਕਬੱਡੀ ਪ੍ਰੇਮੀ ਪਹੁੰਚੇ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਾਕੀ ਜੋ ਸਾਡੀ GTA ਕਬੱਡੀ ਕਲੱਬ ਨੇ ਟੀਮ ਬਣਾਈ ਆ, ਸੁੱਖੇ ਰੰਧਾਵੇ ਨੇ ਸਾਡੇ ਨਾਲ ਹੈਲਪ ਕੀਤੀ ਆ, ਅਤੇ ਬਹੁਤ ਵਧੀਆ ਟੀਮ ਹੈ ਸਾਡੀ, ਫਾਈਨਲ ਪਹੁੰਚ ਗਈ ਆ, ਅਤੇ ਅਸੀਂ ਆਸ ਕਰਦੇ ਹਾਂ ਕਿ ਜੋ ਫਾਈਨਲ ਆ ਵੀ ਵਧੀਆ ਬਹੁਤ ਹੋਊਗਾ ਜੀ। ਬਹੁਤ ਬਹੁਤ ਧੰਨਵਾਦ ਜੀ। ਇਧਰਲੇ ਪਾਸੇ ਨਿੱਜਰ ਸਾਹਿਬ, ਨਿੱਜਰ ਸਾਹਿਬ ਮੈਚ ਕਦੇ ਅੱਧਾ ਨੰਬਰ ਉੱਧਰ, ਕਦੇ ਇੱਕ ਨੰਬਰ ਉੱਧਰ, ਅੱਧਾ ਨੰਬਰ ਉੱਧਰ, ਦਿਲ ਦੀਆਂ ਧੜਕਣਾਂ ਪੂਰੀਆਂ ਤੇਜ਼ ਸੀ, ਕੀ ਕਹਿਣਾ ਚਾਹੋਗੇ? ਪੂਰੇ ਪਹਿਲਾਂ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਜੰਗ ਸਪੋਰਟਸ ਕਲੱਬ ਨੂੰ ਅਸੀਂ ਵਧਾਈਆਂ ਦਿੰਦੇ, ਮੇਰਾ ਸਫਲ ਹੋ ਗਿਆ, ਟੀਮ ਸਾਡੀ ਇੰਡੀਆ ਦੀ ਵਧੀਆ ਖੇਲੀ ਆ, ਫਾਈਨਲ 'ਚ ਆ, ਵਾਹਿਗੁਰੂ ਸੁੱਖ ਰੱਖੇ। ਬਿੱਲੇ ਰੰਧਾਵੇ ਤੋਂ ਪੁੱਛ ਲੈਂਦੇ, ਫਿਰ ਜਾਂਦੇ ਇੱਧਰ ਆਪਣੇ ਨੱਤ ਸਾਹਿਬ, ਮੈਂ ਉੱਧਰ ਚੱਲ ਓਕੇ ਠੀਕ ਹੈ ਜੀ। ਪਹਿਲਾਂ ਦੱਸ ਭਾਅ ਜੀ, ਸਾਡੀ ਜਿਹੜੀ ਪੂਰੀ ਟੀਮ ਆ ਜੀ, ਪਹਿਲਾਂ ਤਾਂ ਉਹਦਾ ਧੰਨਵਾਦ, ਉਹਨਾਂ ਨੇ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ, ਬਹੁਤ ਹੀ ਹਾਰਡ ਟਾਈਮ ਸੀਗਾ, ਪਲੇਅਰਾਂ ਦੇ ਸੱਟਾਂ ਵੀ ਲੱਗੀਆਂ, ਸਾਡੇ ਭੂਰੀ ਦੇ ਸੱਟ ਲੱਗ ਗਈ ਸੀਗੀ, ਪਰ ਫਿਰ ਵੀ ਮੁੰਡਿਆਂ ਨੇ ਬੜਾ ਜ਼ੋਰ ਮਾਰਿਆ, ਔਰ ਤੁਸੀਂ ਦੇਖਿਆ ਕਿੰਨਾ, ਕਦੇ ਅੱਧਾ ਪੁਆਇੰਟ ਉੱਧਰ, ਕਦੇ ਉੱਧਰ, ਸਾਨੂੰ ਵੀ ਇਹ ਲੱਗ ਰਿਹਾ ਕੋਈ ਪਤਾ, ਐਂਡ ਦਾ ਵੀ ਪਤਾ ਨਹੀਂ ਲੱਗਾ ਵੀ ਕੌਣ ਜਿੱਤ ਰਿਹਾ ਆ, ਬਹੁਤ ਹੀ ਫਸਵੇਂ ਮੈਚ ਹੋ ਰਹੇ ਆ। ਜੰਗ ਕਬੱਡੀ ਕਲੱਬ ਵਧਾਈ ਦੀ ਪਾਤਰ ਆ, ਬਹੁਤ ਹੀ ਸੋਹਣਾ ਪ੍ਰਬੰਧ ਸੀਗਾ, ਸਾਡੀ ਸਮੁੱਚੀ ਸਾਡੀ ਆਪਣੀ GTA ਕਲੱਬ ਅਤੇ ਫੈਡਰੇਸ਼ਨ ਸਾਰੇ ਵਧਾਈ ਦੇ ਪਾਤਰ ਆ। ਜਦੋਂ ਉਧਰਲੇ ਪਾਸੇ ਸ਼ਾਹ ਜੀ ਨੇ ਛਾਲ ਮਾਰ ਕੇ ਇੱਧਰ ਆਏ, ਨੱਠਿਆ ਆਉਂਦਾ ਸੀ, ਤੁਸੀਂ ਦੋਵੇਂ ਅੰਗੂਠੇ ਖੜ੍ਹੇ ਕਰਕੇ ਜਿੰਨਾ ਚਾਹ ਤੁਹਾਨੂੰ ਸੀ ਮੈਂ ਸਮਝ ਸਕਦਾ, ਦੱਸੋਗੇ? ਬਿਲਕੁਲ, ਸ਼ਾਹ ਜੀ ਨੇ ਤਾਂ ਜੀ ਕਮਾਲਾਂ ਕਰਦੀ, ਮੁੰਡਾ ਬਹੁਤ ਸੋਹਣਾ ਖੇਡਿਆ, ਸਾਨੂੰ ਕਹਿਣਾ ਚਾਹੀਦਾ।